ਗੁਰਦਿਆਲ ਸਿੰਘ ਜੀ ਦੁਆਰਾ ਲਿਖਿਆ ਨਾਵਲ ਅੱਧ ਚਾਨਣੀ ਰਾਤ ਪਾਗ 6 ਢਣ ਦਾ ਪਹਿਰ ਕਰ ਕਰ ਫੇਰ ਚਰਚਾ ਛਿੜੀ ਲੋਕ ਖੰਭਾਂ ਦੀਆਂ ਡਾਰਾਂ ਬਣਾਉਣ ਲੱਗ ਪਏ ਸੱਤ ਚ ਬੈਠੇ ਮਿਰਾਬ ਦੇ ਮੁੰਡਿਆਂ ਨੇ ਚੱਬ ਕੇ ਗੱਲ ਕੀਤੀ ਪਰ ਮੱਗਰ ਵਰਗਿਆਂ ਨੇ ਸਭ ਸੱਤ ਮੰਨਣ ਦਾ ਯਤਨ ਕੀਤਾ ਇਹਨੂੰ ਜਗਤ ਰਵੀਰਾ ਦੱਸਿਆ ਪਰ ਜੋ ਹੋ ਗਿਆ ਸੀ ਉਹਨੂੰ ਹੁਣ ਟਾਲੇ ਕੋਣ ਸਭ ਕੁਝ ਚੁੰਝ ਚਰਚਾ ਸੀ ਲੋਕ ਕਰਦੇ ਰਹੇ ਤੇ ਆਪੇ ਹੀ ਕੁਝ ਦਿਨਾਂ ਮਗਰੋਂ ਚੁੱਪ ਕਰ ਗਏ ਛੋਟਾ ਇੱਕ ਦਿਨ ਢਿੱਲਾ ਜਿਹਾ ਮੂੰਹ ਕਰੀ ਮੋਦਨ ਕੋਲ ਖੇਤ ਆਇਆ ਖਾਲ ਦੀ ਵੱਟ ਤੇ ਬਹਿ ਕੇ ਦਾਸੀ ਜੀ ਆਵਾਜ਼ ਚੋਂ ਨੇ ਸੱਜਣ ਬਾਈ ਦਾ ਨਾਮ ਲੈ ਕੇ ਕਿਹਾ ਉਨਤਾ ਬਾਈ ਜੋ ਹੋ ਗਿਆ ਠੀਕ ਐ ਪਰ ਉਹ ਕਹਿੰਦਾ ਸੀ ਬਈ ਜੇ ਗੱਲ ਦਾ ਪਹਿਲਾਂ ਪਤਾ ਲੱਗ ਜਾਂਦਾ ਤਾਂ ਕਿਤੋਂ ਕੋਈ ਚੰਗਾ ਬੰਨ ਸੁਭੀ ਕਰ ਲੈਂਦੇ ਮੋਦਨ ਨੂੰ ਰੋਹ ਚੜ ਗਿਆ ਤਾਣਵੀ ਨਿਗਾ ਨਾਲ ਉਹਦੇ ਵੱਲ ਝਾਂਕਦਿਆਂ ਬੋਲਿਆ ਉਹਨੂੰ ਆਖੀ ਬਈ ਇਹੋ ਜੇ ਸੁੱਕੇ ਪੇਚੇ ਮਾਰਨ ਦੀ ਲੋੜ ਨਹੀਂ ਮੈਂ ਅੱਧੀ ਉਮਰ ਉਸ ਥਾਂ ਕੱਟ ਕੇ ਆਇਆ ਜਿੱਥੇ ਬੰਦਾ ਜੇ 4 ਦਿਨ ਕੱਟ ਆਵੇ ਨਾ ਤਾਂ ਉੱਡਣਾ ਸੱਪ ਬਣ ਜਾਂਦਾ ਹੈ ਤੁਸੀਂ ਮੈਨੂੰ ਸਮਝ ਕੀ ਛੱਡਿਆ ਮਰਦੇ ਦੇ ਮੂੰਹ 'ਚ ਤਾਂ ਤੁਸੀਂ ਕਿਸੇ ਦੇ ਪਾਣੀ ਪਾਣ ਯੋਗੇ ਨਹੀਂ ਰਹੇ ਹੋਰ ਤੁਸੀਂ ਕਿਸੇ ਦਾ ਕੀ ਕਰਦੇ ਹੋਗੇ ਹੋਏ ਜੇ ਤੁਹਾਨੂੰ ਸਾਲਾਂ ਮਗਰੋਂ ਉੱਡਦੀਆਂ ਨਾ ਤਾਂ ਉਹ ਤਾਂ ਮੇਰੇ ਨੋਹਾਂ 'ਚ ਪਈਆਂ ਆ ਗਈ ਸਮਝ ਛੋਟਾ ਕੁਝ ਸਹਿਮ ਗਿਆ ਗੱਲ ਆਪਣੇ ਉੱਤੇ ਆਉਂਦੀ ਵੇਖ ਕੇ ਉਹਨੇ ਰਤਾ ਕਾਬਰੀ ਜੀ ਆਵਾਜ਼ 'ਚ ਕਿਹਾ ਨਹੀਂ ਬਾਈ ਮੈਂ ਤਾਂ ਉਹ ਬਥੇਰਾ ਕਿਹਾ ਸੀ ਬਈ ਜੋ ਹੋ ਗਿਆ ਠੀਕ ਹੈ ਪਰ ਉਹਨੇ ਨਾ ਮੈਨੂੰ ਮੱਲੋ ਮੱਲੀ ਘੱਲਿਆ ਕੇ ਭੁੱਲਿਆ ਮੈਂ ਉਹਨੂੰ ਭੇਜਣ ਵਾਲੇ ਨੂੰ ਨਾਲੇ ਤੈਨੂੰ ਆਉਣ ਵਾਲੇ ਨੂੰ ਮੋਦਨ ਹੋਰ ਹਰਖ ਗਿਆ ਜਿਹੜੀਆਂ ਤੁਸੀਂ ਇਹ ਸੜੇ ਢਿੱਡਾਂ ਤੋਂ ਸਿੱਖ ਕੇ ਆਉਂਨੇ ਹੋ ਨਾ ਉਹ ਮੈਨੂੰ ਭੋਰਾ ਭੋਰਾ ਪਤਾ ਹੈ ਤੁਹਾਡੇ ਚਿੱਤ 'ਚ ਇਹ ਸੀ ਨਾ ਵੀ ਆਪੇ ਰੁਲ ਖੁਲ ਕੇ ਮਰ ਜੇ ਮਗਰੋਂ ਟੇਰੀ ਅਸੀਂ ਸੰਭਲ ਲੀਏ ਐਵੇਂ ਹੀ ਹੈ ਨਾ ਪਰ ਖੁਸ਼ੀ ਆਸ ਰੱਖਿਓ ਜੀ ਨੂੰ ਜੀ ਹੈ ਸਰਦਾਰੋ ਮੈਂ ਤੁਹਾਡਾ ਕੁਝ ਲੱਗਦਾ ਨਹੀਂ ਲੱਗਦੇ ਤਾਂ ਤੁਸੀਂ ਵੀ ਮੇਰੇ ਕੁਝ ਨਹੀਂ ਮੈਂ ਤੁਹਾਡੇ ਘਰ ਤਾਣੇ ਮੰਗਣ ਨਹੀਂ ਜਾਣੇ ਆ ਗਈ ਸਮਝ ਛੋਟਾ ਹੋਰ ਘਬਰਾ ਗਿਆ ਸਮਝ ਨਹੀਂ ਆਈ ਕਿ ਅਚਾਨਕ ਹੀ ਮੋਦਨ ਬਾਈ ਨੂੰ ਹੋ ਕੀ ਗਿਆ ਸੀ ਜੀਦੇ ਦਾ ਉਹ ਆਇਆ ਸੀ ਛੋਟੇ ਨਾਲ ਰੱਖ ਕੇ ਤੁਸੀਂ ਕਹਿ ਕੇ ਇੰਨੀਆਂ ਕਰੜੀਆਂ ਗੱਲਾਂ ਨਹੀਂ ਸੀ ਆਖੀਆਂ ਛੋਟੇ ਦਾ ਮਨ ਐਸੇ ਕਰਕੇ ਕੁਝ ਉਦਾਸ ਵੀ ਹੋ ਗਿਆ ਤੂੰ ਤਾਂ ਬਈ ਮੈਨੂੰ ਵੀ ਨਾਲ ਹੀ ਤੂੰ ਹੀ ਜਾਨਣਾ ਹੈ ਬੜੀ ਨਿੰਕੀ ਜੀ ਨਾਲ ਉਹਨੇ ਕਿਹਾ ਮੇਰਾ ਤੈਨੂੰ ਪਤਾ ਨਹੀਂ ਮੋਦਨ ਚੁੱਪ ਕਰ ਗਿਆ ਪਰ ਪਲਕੂ ਪਿੱਛੋਂ ਫੇਰ ਪੜਤ ਗਿਆ ਤੂੰ ਕਿਹੜਾ ਉਤਾਰ ਉਤਰਿਆ ਹੈ ਉਸੇ ਦਾ ਭਰਾ ਤੂੰ ਹੈ ਜਦੋਂ ਸਾਰੀ ਦੁਨੀਆ ਹੈ ਹੀ ਝੁਕਦੇ ਪਲੜੇ ਦੀ ਤਾਂ ਤੂੰ ਕਿਹੜਾ ਇਹਨਾਂ ਨਾਲ ਰਲ ਕੇ ਕੋਈ ਅਲੋਕਾਰ ਦੀ ਗੱਲ ਕੀਤੀ ਹੈ ਪਰ ਇਹ ਬੰਦਿਆਂ ਦੇ ਕੰਮ ਨਹੀਂ ਛੋਟੇ ਤੋਂ ਇਹ ਬਰਦਾਸ਼ਤ ਨਹੀਂ ਹੋਇਆ ਤਾਂ ਉਹ ਉੱਠ ਕੇ ਖੜਾ ਹੁੰਦਿਆਂ ਰੋਸ ਭਰੀ ਆਵਾਜ਼ ਚ ਬੋਲਿਆ ਤੂੰ ਬਾਈ ਐ ਨਹੀਂ ਸੀ ਆਖਣਾ ਮੇਰਾ ਤੈਨੂੰ ਪਤਾ ਹੈ ਮੈਂ ਤੈਨੂੰ ਤੂੰ ਮੈਨੂੰ ਪਿਓ ਵਾਂਗੂ ਪਾਲਿਆ ਕਦੇ ਮੌਕਾ ਪਿਆ ਤਾਂ ਦੇਖ ਲੈ ਕਿ ਛੋਟਾ ਕੀ ਹੈ ਪਰ ਤੂੰ ਐ ਨਹੀਂ ਸੀ ਕਹਿਣਾ ਉਹ ਭਰਿਆ ਪੀਤਿਆ ਤੁਰ ਗਿਆ ਤੇ ਮੋਦਰ ਨੇ ਸਰਸਰੀ ਨਿਗਾ ਉਹਦੇ ਮੂੰਹ ਵੱਲ ਵੇਖਿਆ ਤੇ ਫਿਰ ਪਿੱਛੋਂ ਜਾਂਦੇ ਦੀ ਪਿੱਠ ਵੱਲ ਵੇਖਿਆ ਤਾਂ ਉਹਨੂੰ ਜਾਪਿਆ ਜਿਵੇਂ ਦੂਜੇ ਜਨਮ ਦੀ ਕੋਈ ਘਟਨਾ ਉਹਨੇ ਦੁਹਰਾਈ ਹੋਵੇ ਇਸ ਗੱਲ ਦਾ ਉਹਨੂੰ ਧੁੰਦਲਾ ਜਿਹਾ ਅਹਿਸਾਸ ਸੀ ਕਿ ਇੱਕ ਵਾਰੀ ਇਸੇ ਖੇਤ ਤੋਂ ਪੱਠੇ ਵੱਢ ਕੇ ਲੈ ਜਾਣ ਲਈ ਉਹਨੇ ਉਸ ਨੂੰ ਕਿਹਾ ਸੀ ਤਾਂ ਛੋਟਾ ਨਿਆਣਾ ਸੀ ਤੇ ਵਿੱਟਰ ਗਿਆ ਸੀ ਜਦੋਂ ਉਹ ਮਸਾਂ ਹੀ ਦਸਾਂ 11 ਸਾਲਾਂ ਦਾ ਹੋਣਾ ਮੋਦਨ ਨੇ ਹਰ ਖਚੋਦੇ ਇੱਕ ਚਪੇੜ ਮਾਰੀ ਸੀ ਤੇ ਉਹ ਡਾਡਾ ਮਾਰਨ ਲੱਗ ਪਿਆ ਸੀ ਇਸ ਸੋਹਲ ਛੋਰ ਈਉਂ ਡੜੇਉਂਦਾ ਉਹ ਤਾਂ ਚੱਲਿਆ ਨਹੀਂ ਸੀ ਗਿਆ ਚਪੇੜ ਦੀਆਂ ਵੀ ਤਾਂ ਪੰਜੇ ਉਂਗਲਾਂ ਦੀਆਂ ਲਾਸਾਂ ਪ੍ਰਤੱਖ ਖੜੋਤੀਆਂ ਹੋਈਆਂ ਸਨ ਉਹਦਾ ਮਨ ਬੜਾ ਦੁਖੀ ਹੋਇਆ ਸੀ ਜਦੋਂ ਛੋਟਾ ਡਰ ਨਾਲ ਕੰਬਦਾ ਹੋਰ ਤੇ ਤੇਜ਼ ਭੱਜਣ ਲੱਗ ਪਿਆ ਸੀ ਤੇ ਅੱਜ ਵੀ ਉਹ ਮੋੜਨ ਤੋਂ ਉੰਝੀ ਭੱਜਿਆ ਜਾਪਦਾ ਸੀ ਪਰ ਅੱਜ ਉਹਨੇ ਬਾਜ ਨਹੀਂ ਸੀ ਮਾਰੀ ਨਾ ਹੀ ਮੋੜਨ ਨੂੰ ਜੀ ਕਰਦਾ ਸੀ ਫੇਰ ਵੀ ਮਨ ਵਿੱਚ ਦੁਬਿਧਾ ਪਲੋ ਪਲੀ ਵੱਧਦੀ ਜਾਂਦੀ ਸੀ ਬਿੰਦ ਦਾ ਬਿੰਦ ਕਸੌਲੀ ਦੇ ਦਸਤੇ ਦਾ ਆਸਰਾ ਲੈ ਕੇ ਉਹ ਖੜੋਤਾ ਰਿਹਾ ਫਿਰ ਮਨ ਹੋਰ ਵਹਿਣਾ 'ਚ ਜਾ ਪਿਆ ਮੱਲੋ ਮੱਲੀ ਉਹਨੂੰ ਘਰ ਦਾ ਖਿਆਲ ਆ ਗਿਆ ਹੁਣ ਉਹਨੂੰ ਅਕਸਰ ਖਿਆਲ ਆ ਹੀ ਜਾਂਦਾ ਸੀ ਪੰਜ ਸੱਤਾਂ ਦਿਨਾਂ 'ਚ ਦਾਨੀ ਨੇ ਘਰ ਦਾ ਰੰਗ ਰੂਪ ਬਦਲ ਦਿੱਤਾ ਅੰਦਰੋਂ ਬਾਹਰੋਂ ਲਿਪ ਪੋਹਚ ਕੇ ਜਿਵੇਂ ਘਰ ਉਹਨੇ ਟੈਕਣ ਲਾ ਦਿੱਤਾ ਸੀ ਕਰਦੇ ਸਾਰੇ ਖੇਸ ਤਲਾਈਆਂ ਛੱਪੜ ਤੇ ਤੋ ਲਈ ਚੁੱਲ੍ਹੇ ਹਾਰੇ ਨਵੇਂ ਬਣਾਲੇ ਸਨ ਘਰ ਦਾ ਲੋੜਿੰਦਾ ਸਮਾਨ ਬਣਾਉਣ ਲਈ ਮੋਦਨ ਨੂੰ ਮੁੜ-ਮੁੜ ਚੇਤਾ ਕਰਾਉਣ ਲੱਗ ਪਈ ਸੀ ਅਨੁਸਾਰ ਬੇਬੇ ਨੂੰ ਜਿਵੇਂ ਉਹਨੇ ਵੇਲੀ ਕਰਕੇ ਪਲੰਗ ਤੇ ਬਿਠਾ ਦਿੱਤਾ ਪਹਿਲਾਂ ਰੋਟੀ ਉਹਨੂੰ ਦਿੰਦੀ ਤੜਕੇ ਉੱਠਣਸਾਰ ਮੱਥਾ ਟੇਕ ਕੇ ਪੈਰੀ ਹੱਥ ਲਾਉਂਦੀ ਪਰ ਹਰਕੋਰ ਦਾ ਮਨ ਕਿਵੇਂ ਵੀ ਨਹੀਂ ਸੀ ਪਸੇਜਦਾ ਦਾਨੀ ਦਾ ਪਿਛਲੱਗ ਮੁੰਡਾ ਜਿਹੜਾ ਅਜੇ ਚੌਹਾਂ ਵਰਿਆਂ ਦਾ ਪੂਰਾ ਹੀ ਨਹੀਂ ਸੀ ਹੋਇਆ ਉਹਨੂੰ ਵਿਹਉ ਵਰਗਾ ਲੱਗਦਾ ਸੀ ਮੋਦਨ ਨੂੰ ਸਭ ਕਾਸੇ ਦਾ ਖਿਆਲ ਆਉਂਦਾ ਪਰ ਫਿਰ ਸੋਚਦਾ ਜਿਵੇਂ ਦਾਨੀ ਨੇ ਆ ਕੇ ਘਰ ਸੰਭਾਲਿਆ ਸੀ ਉਵੇਂ ਹੋਰ ਚੋਹਾ ਦਿਨਾਂ ਨੂੰ ਸਭ ਕੁਝ ਆਪੇ ਰਾਸ ਕਰ ਲਏਗੀ ਪਰ ਜਦੋਂ ਪਰਸੋਂ ਵਾਲੀ ਗੱਲ ਯਾਦ ਕਰਦਾ ਤਾਂ ਉਹਨੂੰ ਸ਼ੱਕ ਪੈਣ ਲੱਗ ਪੈਂਦਾ ਪਰਸੋਂ ਰਾਤ ਪਿਆ ਪਿਆ ਦਾਨੀ ਚਾਣ ਚੱਕੀ ਮਨ ਭਰ ਆਈ ਸੀ ਦੁੱਧ ਲਈ ਮੁੜ ਮੁੜ ਅਕਾਉਂਦੇ ਹੋਏ ਗੇਲੂ ਨੂੰ ਉਹਨੇ ਢੋਲ ਕੱਢ ਕੇ ਮਾਰੀ ਤੇ ਦੋ ਚਾਰ ਮੰਦੀਆਂ ਗੱਲਾਂ ਵੀ ਕਹਿ ਦਿੱਤੀਆਂ ਸਨ ਮੋਦਨ ਹੈਰਾਨ ਜਿਹਾ ਹੋਇਆ ਉਹਦੇ ਵੱਲ ਵੇਂਦਾ ਰਿਹਾ ਸੀ ਤੇ ਦੋ ਤਿੰਨ ਵਾਰੀ ਪੁੱਛਣ ਤੇ ਵੀ ਉਹ ਫਿਸ ਪਈ ਖਬਰੇ ਕੀ ਮੰਦਾ ਲਖਾ ਖੇ ਲਿਆਈ ਐ ਮੇਰੇ ਤੇ ਕੋਈ ਤਵਾਰ ਹੀ ਨਹੀਂ ਕਰਦਾ ਡੂੜਵਰਾ ਪੇਕੇ ਪਰਜਾਈ ਨੇ ਫੰਗਾ ਦੀਆਂ ਡਾਰਾਂ ਬਣਾ ਬਣਾ ਕੇ ਸਾਰੇ ਪਿੰਡ ਚ ਖੱਜਲ ਕਰੀ ਰੱਖਿਆ ਕਿ ਇਹ ਤਾਂ ਫਲਾਣੇ ਨਾਲ ਨਿਕਲ ਕੇ ਜਾਊਗੀ ਇਹ ਤਾਂ तिमਕੇ ਦੇ ਵਸੂਗੀ ਮੁੜ ਕੇ ਸੋਰੀ ਜਾ ਕੇ ਜੇਠ ਨੂੰ ਕਰੂਗੀ ਇੱਥੇ ਹੁਣ ਬੇਬੇ ਜੀ ਉਹੀ ਕਰਨ ਲੱਗ ਪਈ ਚਾਰ ਦਿਨ ਬੰਦਾ ਪਰਖ ਕੇ ਤਾਂ ਦੇਖ ਲੈ ਕੋਈ ਪੰਜੇ ਉਂਗਲਾਂ ਇੱਕ ਸਾਰ ਤਾਂ ਨਹੀਂ ਨਾ ਹੁੰਦੀਆਂ ਕੀ ਹੋ ਗਿਆ ਜੇ ਮੇਰੇ ਸਿਰ ਤੇ ਰੱਬ ਨੇ ਬਿਪਤਾ ਪਾਈ ਐ ਕੋਈ ਐਨੇ ਨਾਲ ਬੰਦਾ ਮਾਣਾ ਤੀਨੀ ਨਾ ਹੋ ਜਾਂਦਾ ਮੁਸੀਬਤਾਂ ਤਾਂ ਸੰਗੋ ਕਠਾਲੀ ਵਾਂਗੂ ਖੋਟੀ ਕੱਢ ਕੇ ਆਦਮੀ ਨੂੰ ਨਤਾਰ ਦਿੰਦੀਆਂ ਤੇ ਉਹਨੂੰ ਮੁੜ ਮੁੜ ਅੱਖਾਂ ਪੂੰਝਦਿਆਂ ਵੇਖ ਕੇ ਮੋਦਨਬਿੰਦ ਦਾ ਬਿੰਦ ਉਹਦੇ ਫੇਫੜੇ ਕਰਦੀ ਲੱਗੀ ਟੀਮਿਆਂ ਦੇ ਵਸਪ ਵੇਖੇ ਜਾਂ ਸੁਣੇ ਤਾਂ ਜ਼ਰੂਰੀ ਸਨ ਰੁਲਦੋ ਵੀ ਕਿੰਨੇ ਵਾਰੀ ਚਿਤਾਰ ਚੁੱਕਿਆ ਸੀ ਵਸਾ ਨਾ ਖਾਈ ਇਸ ਜਦ ਤੱਕ ਕੋਈ ਇਤਬਾਰ ਨਹੀਂ ਕੋਤਰ ਸੋ ਚਲਿੱਤਰ ਇੱਕ ਦਿਨ ਵਿੱਚ ਖੇੜ ਜਾਂਦੀਆਂ ਬਰਦਾਨੀ ਦੇ ਨਿਰਛਲ ਨੈਣ ਲਖਸ਼ ਉਹਦੀ ਅਧੀਨਗੀ ਤੇ ਮੋਹ ਵੇਖ ਕੇ ਉਹਨੂੰ ਆਪਣੇ ਆਪ ਤੇ ਉਦੋਂ ਵੀ ਗੁੱਸਾ ਆ ਗਿਆ ਸੀ ਤੇ ਦਲਾਸਾ ਦੇ ਕੇ ਉਹਨੇ ਚੁੱਪ ਕਰਾਇਆ ਸੀ ਬੇਬੇ ਦੇ ਸੁਭਾਅ ਬਾਰੇ ਸਮਝਾ ਕੇ ਉਹਨੂੰ ਗਲੀ ਲਗਾ ਲਿਆ ਤੇ ਇਹਨੂੰ ਹੋਰ ਵੀ ਹੈਰਾਨੀ ਹੋਈ ਕਿ ਨਿਆਣਿਆਂ ਵਾਂਗ ਘੜੀ ਪਲ ਪਿੱਛੋਂ ਹੀ ਪਰਚ ਕੇ ਆਪਣੇ ਪਹਿਲੇ ਸੋਹਰਿਆਂ ਦੀ ਗੱਲ یوں ਸੁਣਾਉਣ ਲੱਗ ਪੈਂਦੀ ਸੀ ਜਿਵੇਂ ਉਹ ਮੁਕਲਾਵਿਓ ਮੁੜ ਕੇ ਆਈ ਹੋਈ ਕੁੜੀਆਂ ਜਾਂ ਸਹੇਲੀਆਂ ਨੂੰ ਸਾਰਾ ਹਾਲ ਸੁਣਾ ਰਹੀ ਹੋਵੇ ਉਹਨੂੰ ਜਿਵੇਂ ਖਿਆਲ ਹੀ ਨਹੀਂ ਸੀ ਰਿਹਾ ਕਿ ਉਹ ਕੀ ਗੱਲਾਂ ਤੇ ਕਿਸ ਕੋਲ ਕਰ ਰਹੀ ਹੈ ਮੋਦਨ ਦੁਬਿਦਾ ਚ ਪਿਆ ਅੱਧੀ ਰਾਤ ਤਾਈਂ ਉਹਦੇ ਬਾਰੇ ਸੋਚਦਾ ਰਿਹਾ ਸੀ ਪਰ ਹੁਣ ਉਹਨੇ ਇਹ ਸਾਰੇ ਖਿਆਲ ਫੇਰ ਟਾਲੀ ਦੇ ਸੁੱਕੇ ਪੱਤਿਆਂ ਵਾਂਗ ਛਾੜ ਦਿੱਤੇ ਦਿਨ ਭਾਵੇਂ ਤਕੜਾ ਖੜੋਤਾ ਸੀ ਪਰ ਮੋਦਨ ਦੇ ਅੰਦਰ یوں ਖੋਜ ਹੀ ਪੈਣ ਲੱਗੀ ਜਿਵੇਂ ਬਹੁਤ ਹੀ ਭੁੱਖ ਲੱਗੀ ਹੋਵੇ ਰੈਂਦਾ ਕੰਮ ਵਿੱਚੇ ਛੱਡ ਕੇ ਘਰ ਨੂੰ ਮੁੜ ਪਿਆ ਮਾਗ ਦਾ ਅਖੀਰਲਾ ਪੱਖ ਨਿੱਗੀ ਧੁੱਪ ਤੇ ਢਲਦਾ ਸੂਰਜ ਬੜਾ ਹੀ ਸੋਹਣਾ ਲੱਗਦਾ ਸੀ ਚੜਦੇ ਮਾਗ ਦੇ ਇਸ ਨਰੋਏ ਮੀ ਨਾਲ ਤਾਂਵੇਂ-ਤਾਂਵੇਂ ਰੁੱਖ ਤੇ ਪੈਲੀਆਂ ਨਿੱਖਰ ਕੇ ਕੱਢ ਆਏ ਸਨ ਟੋੜੇ ਵਾਲਾ ਬੁੱਢਾ ਬਣ ਦਵਾ ਸੁਆਇਆ ਹੋ ਕੇ ਫੈਲਾਰਿਆ ਦੱਸਦਾ ਸੀ ਸੱਜੇ ਪਾਸੇ ਮਾਨਾਂ ਦੇ ਖੇਤ ਵਿੱਚ ਸਰੋਂ ਦੇ 2-3 ਕਿਆਰਿਆਂ ਨੂੰ ਐਨੇ ਭਰਵੇਂ ਫੁੱਲ ਪਏ ਸਨ ਕਿ ਸਾਰੀ ਧਰਤੀ ਬਸੰਤੀ ਹੋਈ ਲੱਗਦੀ ਸੀ। ਇਸ ਰੰਗ ਦੀ ਭਾ ਨਾਲ ਨਾਲ ਦੀਆਂ ਕਣਕਾਂ ਤੇ ਛੋਲੇ ਵੀ ਪੀਲੇ ਤੇ ਸਾਵੇਂ ਦੱਸਦੇ ਸਨ ਮਾੜੀ-ਮਾੜੀ ਰੁਮਕਦੀ ਹਵਾ ਜਦੋਂ ਸਰੋਂ ਝੂਲਦੀ ਤਾਂ ਇਹਦਾ ਰੰਗ ਅਸਮਾਨ ਨਾਲ یوں ਘੁਲਦਾ ਜਿਵੇਂ ਨੀਲੇ ਅਥਾ ਸਾਗਰ ਵਿੱਚ ਕੋਈ ਸਰੋਂ ਦੇ ਫੁੱਲ ਦੇ ਰੰਗਾਂ ਦੀ ਨਦੀ ਸਮਾਰੀ ਹੋਵੇ। ਪਰ ਇਹ ਗੱਲ ਮੋਦਨ ਨੇ ਸਿਰਫ ਸੁਣੀ ਹੋਈ ਹੋਣ ਕਰਕੇ ਉਹ ਕਲਪ ਨਹੀਂ ਸਕਿਆ ਇਸ ਕਰਕੇ ਅਜਹੀ ਉਪਮਾ ਨੂੰ ਛੱਡ ਕੇ ਮੋਢੇ ਤੇ ਕਸੀਆਂ ਤੇ ਗੰਡਾਸੀ ਧਰ ਕੇ ਤੁਰਿਆ ਹੁੰਦਾ ਉਹ ਜਿਹੀ ਹਰੀ ਕਚੂਲ ਹੋਈ ਧਰਤੀ ਨੂੰ ਅੱਖਾਂ ਨਾਲ ਪਲੋਸਦਾ ਆਇਆ ਇਹ ਅਹਿਸਾਸ ਵੀ ਉਹਨੂੰ ਬੜਾ ਉਪਰਾ ਸੀ ਤੇ ਚਿੱਤ ਖੇੜ ਉੱਠਿਆ ਪਲ ਦਾ ਪਲ ਉਹਨੂੰ ਜਾਪਿਆ ਕਿ ਜ਼ਿੰਦਗੀ ਬੜੀ ਸਕਾਰਥ ਹੈ ਇਹਨੂੰ یوں ਜਿਉਣਾ ਬੰਦੇ ਦਾ ਜਨਮ ਸਫਲ ਹੋਣ ਵਾਲੀ ਗੱਲ ਸੀ ਕਿੰਨੇ ਵਾਰੀ دیਵਾਨਾ ਚ ਉਹਨੇ ਸੁਣਿਆ ਸੀ ਪ੍ਰਾਣੀ ਤੂੰ ਆਇਓ ਲਾਹਾ ਲੈਣ ਤੇ ਅੱਜ ਮੁੜਮੜ ਇਹੋ ਗੱਲ ਚੇਤੇ ਆਈ ਜਾਂਦੀ ਸੀ ਜਿਵੇਂ ਸਾਰਾ ਲਾਹਾ ਉਹਨੇ ਖੱਟ ਲਿਆ ਹੋਵੇ। ਉਹ ਮੱਠੀ ਤੋਰ ਝੂਲ ਵੀ ਚਾਲ ਤੁਰਿਆ ਜਾ ਰਿਹਾ ਸੀ, ਗਿਣ-ਗਿਣ ਕੇ ਪੈਰ ਪੁੱਟ ਰਿਹਾ ਸੀ ਆਪਣੇ ਖੇਤਾਂ ਵਾਲੀ ਡੰਡੀ ਦਾ ਰੇਤਾ। ਉਹਦੀ ਨਵੀਂ ਨਕੋਰ ਤਿੱਲੇ ਵਾਲੀ ਜੁੱਤੀ ਦੇ ਪਤਲੇ ਤਲੇ ਚੋਂ ਹੀ ਪਤਲੀਆਂ ਨੂੰ ਛੂੰਦਾ ਜਾਪਦਾ ਸੀ। ਇਸ ਛੂ ਨਾਲ ਸਾਰੇ ਹੀ ਸਰੀਰ ਵਿੱਚ ਨਿਗ ਜਿਹਾ ਸਿਰਜਦਾ ਉਹਨੂੰ ਮਹਿਸੂਸ ਹੁੰਦਾ। ਮੁੜਮੜ ਆਪਣੀ ਜੁੱਤੀ ਦੀਆਂ ਖੜਵੀਆਂ ਤੇ ਮੋੜਮੀਆਂ ਨੋਕਾਂ, ਸੁਨਹਿਰੀ ਤਿੱਲੇ ਦੀਆਂ ਮੋਰਨੀਆਂ ਤੇ ਬੁੱਟੀਆਂ ਵੱਲ ਨਿਗਾ ਮਾਰ ਲੈਂਦਾ। ਇਹ ਹੁੰ ਵੀ ਲੱਗਦਾ ਜਿਵੇਂ ਉਹ ਬੱਦਲਾਂ ਉੱਤੇ ਉੱਡ ਰਿਆ ਹੋਵੇ ਕੱਪੜੇ ਲੀੜੇ ਵੀ ਖੰਭਾਂ ਵਾਂਗ ਹੀ ਹੋਲੇ ਤੋਤੇ ਸਵਾਰੇ ਤੇ ਕੂਲੇ ਮਹਿਸੂਸ ਹੋ ਰਹੇ ਸਨ ਜਿਹੜੇ ਹੱਡ ਜੇਲ੍ਹ ਦੀਆਂ ਥੜੀਆਂ ਉੱਤੇ ਪੈਣ ਕਰਕੇ ਕਲਕੜ ਹੋ ਗਏ ਸਨ ਉਹਨਾਂ ਲਈ ਐਡੇ ਹੋਲੇ ਨਵੇਂ ਬੋਸਕੀ ਦੇ ਚਾਦਰੇ ਤੇ ਡੱਬੀਆਂ ਵਾਲੀ ਪਾਪਲਿਨ ਦੇ ਕੁੜਤੇ ਦੀ ਛੋਹ ਦਾ ਅਹਿਸਾਸ ਇੰਨਾ ਕੂਲਾ-ਕੂਲਾ ਤੇ ਨਵਾਂ ਸੀ ਕਿ ਨਸਾਂ ਵਿੱਚ ਮੁੜ-ਮੁੜ ਚਰਨਾ ਅਟ ਛਿੜਦੀ ਜਾਪਦੀ ਪੱਗ ਦੇ ਸਜਰੇ ਮਾਵੇ ਤੇ ਖੱਟੀ ਲੱਸੀ ਨਾਲ ਧੋਤੇ ਹੋਏ ਕੇਸਾਂ ਦੀ ਰਲਵੀ ਖੁਸ਼ਬੂ ਐਡੀ ਸੁਖਾਵੀ ਸੀ ਕਿ ਹੋਰ ਡੂੰਗੇ ਸਾਹ ਲੈਣ ਨੂੰ ਜੀ ਕਰਦਾ ਸੀ। ਪਹੀ ਕੋਲ ਆ ਕੇ ਡੰਡੀ ਖੇਤ ਦੇ ਉੱਚੇ ਬਾਣਾ ਤੋਂ ਉੱਤੋਂ ਦੀ ਆਉਂਦੀ ਸੀ। ਉੱਥੇ ਕੋ ਅੱਪੜ ਕੇ ਮੋਦਨ ਨੇ ਰਤਾ ਪੈਰ ਮਲਿਆ ਤਾਂ ਧਰਤੀ ਸਰੋਂ ਫੁੱਲੀ ਚੁੰਨੀ ਨਾਲ ਹਰਾ ਕੱਗਰਾ ਪਾਈ ਗਿੱਧੇ 'ਚ ਨੱਚਦੀ ਕਿਸੇ ਪੱਕੀ ਉਮਰ ਦੀ ਤੀਵੀਂ ਵਰਗੀ ਲੱਗੀ। ਨੈਣ ਨਕਸ਼ ਤਿੱਖੇ, ਰੰਗ ਕਣਕਵੰਨਾ, ਸ਼ਾ ਕਾਲੀਆਂ ਮੋਟੀਆਂ-ਮੋਟੀਆਂ ਅੱਖਾਂ, ਲੰਮੇ-ਲੰਮੇ ਪਤਲੇ ਹੱਥ-ਪੈਰ, ਛਾਂਟਵਾ ਸਰੀਰ ਤੇ ਲੰਮੀ ਵੇਲ। ਵੇੜੇ 'ਚ ਉੱਗੜਦੇ ਪਰਭਾਵਾਂ ਵਿੱਚੋਂ ਭੋਗੀ ਜੂਨ ਦੇ ਸਭ ਕੋੜੇ ਮਿੱਠੇ ਰਸਾਂ ਦਾ ਘੁਲਿਆ ਸ਼ਹਿਦ ਦੇ ਤੁਪਕਿਆਂ ਵਾਂਗ ਚੋ-ਚੋ ਪੈਂਦਾ ਸੀ ਉਹਨੂੰ ਛੋਣ ਨੂੰ ਵੀ ਜੀ ਨਹੀਂ ਸੀ ਕਰਦਾ ਬਸ ਵੇਖੀ ਜਾਣ ਨੂੰ ਚਿਤ ਲੋਚਦਾ ਸੀ ਕਿੰਨੀ ਅਲੋਕਾਰ ਗੱਲ ਸੀ ਕਿ ਅੱਜ ਉਹਨੂੰ ਇਹ ਧਰਤੀ ਕਿਹੋ ਜਿਹੀ ਦਿੱਸੀ ਸੀ ਐਨਾ ਹੀ ਵਹਿਣਾ ਵਿੱਚ ਫਿਰਦਿਆਂ ਉਹ ਉਮਰ ਦੇ 20-22 ਵਰੇ ਬਤਾ ਕੇ ਗਿਆ ਸੀ ਪਰ ਧਰਤੀ ਕਦੇ यूं ਤੀਵੀਂ ਵਰਗ ਹੀ ਨਹੀਂ ਸੀ ਲੱਗੀ ਫਿਰ ਭਲੇਖਾ ਨਹੀਂ ਪ੍ਰਤੱਖ ਹੋ ਗਿਆ ਕਿ ਜਿਹੜਾ ਧਰਤੀ ਦਾ ਉਹਨੇ ਇਹ ਰੂਪ ਮਨ ਚ ਚਿਤਵਿਆ ਸੀ ਇਨ ਬਿਨ ਦਾਨੀ ਦਾ ਸੀ ਤੇ ਇਹ ਗੱਲ ਓੜਦਿਆਂ ਹੀ ਪਤਾ ਨਹੀਂ ਕਿਸ ਕਾਰਨ ਉਹ ਤੋਂ ਇੱਕ ਹੋਕਾ ਲਿਆ ਗਿਆ ਫਿਰ ਅਗਾਹ ਤੁਰਨ ਲੱਗਿਆ ਮੋਦਨ ਨੇ ਹੋਲੀ ਦੇਣੇ ਪੈਰ ਕੁੱਟਦਿਆਂ ਉੱਚੀ ਨਿਗਾਹ ਕਰਕੇ ਪਿੰਡ ਵੱਲ ਤੱਕਿਆ ਸਾਰੇ ਪਿੰਡ ਦੇ ਕੰਦਾਂ ਕੋਲੇ ਉਹਨੂੰ ਨਿਖਰੇ ਤੇ ਤੋਤੇ-ਤੋਤੇ ਜਿਹੇ ਲੱਗੇ ਟੋਬੇ ਵਾਲੇ ਬੁੱਢੇ ਬੋੜ ਦੇ ਸੰਘਣੇ ਪਰਵਾਰ ਉਤੋਂ ਲੈਂਦਾ ਸੂਰਜ ਹਰ ਬਨੇਰੇ ਉੱਤੇ ਧੁੱਪ ਦੀਆਂ ਟੇਡੀਆਂ ਕਿਰਨਾਂ ਸੁੱਟ ਰਿਹਾ ਸੀ ਪਰ ਕਿਰਨਾਂ ਪੱਖੀਆਂ ਕਲੀਕੀਤੀਆਂ ਬਨੇਰਿਆਂ ਨੂੰ ਹੋਰ ਵੀ ਲਿਸ਼ਕਾ ਰਹੀਆਂ ਸਨ ਤੇ ਕੱਚੀਆਂ ਕਾਲੀ ਮਿੱਟੀ ਨਾਲ ਲਿਪੀਆਂ ਨੂੰ ਹੋਰ ਤਰ੍ਹਾਂ ਇਹ ਮੋਦਨ ਲਈ ਇੱਕ ਹੋਰ ਉੱਕਾ ਨਵਾਂ ਅਹਿਸਾਸ ਸੀ ਇੰਜ ਇੱਕੋ ਵੇਲੇ ਸੂਰਜ ਦੀ ਧੁੱਪ ਵਿੱਚ ਵੱਖੋ-ਵੱਖਰੀ ਲਿਸ਼ਕ ਦੇ ਬਨੇਰੇ ਉਸਨੇ ਕਦੇ ਇੰਜ ਨਾ ਵੇਖੇ ਸਨ ਤੇ ਨਾ ਹੀ ਉਹ ਨਿਰਖੇ ਸਨ ਪਰ ਉਸ ਵੇਲੇ ਨਾ ਬਨੇਰਿਆਂ ਦਾ ਖਿਆਲ ਛੱਡ ਕੇ ਉਹ ਆਪਣੇ ਘਰ ਵੱਲ ਤੱਕਣ ਲੱਗ ਪਿਆ ਟੀਬੀ ਵਾਲੀ ਕਿੱਕਰ ਦਾ ਪੜਛਾਵਾਂ ਲੰਮਾ ਹੁੰਦਿਆਂ ਉਹਦੇ ਪੈਰਾਂ ਤਾਈਂ ਵੱਧਦਾ ਤੁਰਿਆ ਆਉਂਦਾ ਸੀ ਉਹਨਾਂ ਦੀਆਂ ਪਿਛਲੀਆਂ ਦੋ ਸਬਾਤਾਂ ਦੇ ਬਨੇਰੇ ਕਿੱਕਰ ਦੇ ਪੜਛਾਵੇਂ ਹੀਠੋਂ ਦੀ ਹੋਰ ਵਧੇਰੇ ਲਿਸ਼ਕਦੇ ਦਿਸਦੇ ਸਨ ਪਸ਼ੂਆਂ ਲਈ ਨਵਾਂ ਛੱਤਿਆ ਕੋਠੜਾ ਤੇ ਵਲਗਣ ਦੀਆਂ ਚਾਰੇ ਕੰਧਾਂ ਤੁਪਤ ਪੁੱਠੇ ਪਾਸਿਓਂ ਆਣ ਕਰਕੇ ਰਤਾ ਕਸਮੈੜੀਆਂ ਦਿਸਦੀਆਂ ਸਨ ਪਰ ਬੂਹਾ ਖੁੱਲ੍ਹਾ ਸੀ ਵਸਦੇ ਘਰਾਂ ਦੇ ਬੂਹੇ ਖੁੱਲੇ ਹੀ ਹੁੰਦੇ ਆ ਮੋਦਨਾ ਉਹਨੇ ਰਤਾ ਹੱਸ ਕੇ ਆਪਣੇ ਆਪ ਨੂੰ ੱਚੀ ਆਵਾਜ਼ ਚ ਕਿਹਾ ਤੇ ਇਸ ਨਾਲ ਘਰ ਆਉਣ ਦਾ ਅਹਿਸਾਸ ਹੋਰ ਵੀ ਤਿੱਬਰ ਹੋ ਗਿਆ ਬੂਹੇ ਵੜਦਿਆਂ ਹੀ ਉਸਾਰ ਉਹਨੇ ਘਰ ਨੂੰ ਪਰਵੀ ਨਜ਼ਰ ਨਾਲ ਤੱਕਿਆ ਤਾਂ ਸਾਰਾ ਅੰਦਰ ਬਾਹਰ ਉਹਨੂੰ ਭਰਿਆ ਭਰਿਆ ਲੱਗਿਆ ਵੇੜੇ ਵਿੱਚ ਰੱਸੀ ਉੱਤੇ 5-7 ਨਿਖਰੇ ਨਿਖਰੇ ਕੱਪੜੇ ਸੁੱਕਣੇ ਪਏ ਹੋਏ ਸਨ ਚੌਂਕੇ ਵਿੱਚ ਹੁਣੇ ਮਾਂਜ ਕੇ ਰੱਖੇ ਭਾਂਡੇ ਅਸਾਧਾਰਨ ਚਮਕੀਲੇ ਦਿਖ ਰਹੇ ਸਨ ਤੇ ਮਿੱਟੀ ਦੇ ਮੋਰਰੀਆਂ ਵਾਲੇ ਵੱਟਾਂ ਉੱਤੇ ਚੁੱਲ੍ਹੇ 'ਚ ਮੱਚਦੀ ਅੱਗ ਦੀਆਂ ਲਾਟਾਂ ਨੇ ਛਿਲਕ ਦੇ ਭਾਂਡਿਆਂ ਦਾ ਰੰਗ ਤਾਂਬੇ ਵਰਗਾ ਲਿਸਣ ਲਾ ਦਿੱਤਾ ਸੀ ਦੋਹਾਂ ਸਬਾਤਾਂ ਦੇ ਖੁੱਲੇ ਬੋਹਿਆਂ 'ਚੋਂ ਅੰਦਰ ਲੰਘ ਕੇ ਨਿੱਕ ਸੁੱਕ ਤੇ ਤੂੜੀ ਤੰਦ ਰੱਜੇ ਪੂਜੇ ਕਰਦਾ ਅਹਿਸਾਸ ਕਰੋਂਦਾ ਸੀ ਵੇੜੇ 'ਚ ਡੱਠੇ ਮੰਜੇ ਤੇ ਖੇਡਦਾ ਗੇਲੂ ਪਰ ਗੇਲੂ ਵੱਲ ਝਾਂਕਦਿਆਂ ਹੀ ਮੋਦਨ ਦੇ ਸਿਰ ਨੂੰ ਇੱਕ ਝਟਕਾ ਜਿਹਾ ਵੱਜਿਆ ਉਹਦੇ ਨਵੇਂ ਚੱਗਾ ਪਾਇਆ ਵੇਖ ਕੇ ਮੋਦਨ ਨੂੰ ਆਪਣਾ ਉਹ ਸ਼ਰੀਕ ਜਾਪਿਆ ਤੇ ਜਦੋਂ ਮੁੰਡਾ ਉਹਦੇ ਵੱਲ ਝਾਂਕ ਕੇ ਮੁਸਕਰਾਇਆ ਤਾਂ ਚਿੱਤੋਂ ਖੁਸ਼ ਹੁੰਦਿਆਂ ਵੀ ਉਹਨੇ ਰਤਾ ਰੁੱਖੀ ਜਿਹੀ ਆਵਾਜ਼ 'ਚ ਉਹਨੂੰ ਯੂੰ ਬੁਲਾਇਆ ਜਿਵੇਂ ਉਹਨੂੰ ਛਿੜਕ ਰਿਆ ਹੋਵੇ ਤੇਰੀ ਮਾਂ ਕਿੱਥੇ ਓਏ ਮਾਂ ਗੇਲੂ ਨੇ ਉਸੇ ਵੇਲੇ ਗੰਭੀਰਜਾ ਹੋ ਕੇ ਇੱਧਰ ਉੱਧਰ ਝਾਂਕਦਿਆਂ ਕਿਹਾ ਉਹ ਤਾਂ ਬਾਹਰ ਗਈ ਐ ਬਾਹਰ ਕਿੱਥੇ ਉੱਧਰ ਕਿਕਰ ਬੰਨੀ ਮੋਦਨ ਨੇ ਟਿੱਬੀ ਵਾਲੀ ਕਿਕਰ ਵੱਲ ਨਿਗਾ ਮਾਰੀ ਪਰ ਉਹਨੂੰ ਕੋਈ ਨਹੀਂ ਦੱਸਿਆ ਮੁੰਡਾ ਸੁੱਤੇ ਸੁਭਾਅ ਇਕਲੀਰ ਦਾ ਕੋਟਲਾ ਵਟਦਿਆਂ ਫਿਰ ਆਪਣੀ ਖੇਡ ਵਿੱਚ ਰੁੱਝ ਗਿਆ ਮੋਦਨ ਨੂੰ ਚਾਣ ਜਾ ਕੀ ਕਰ ਫਿਰ ਸੁੰਨਾ ਸੁੰਨਾ ਲੱਗਣ ਲੱਗ ਪਿਆ ਬੇਬੇ ਕਿੱਧਰ ਗਈ ਉਹ ਹੈਰਾਨ ਤਾਂ ਹੋਇਆ ਪਰ ਪਹਿਲਾਂ ਨਾਲੋਂ ਵੀ ਵਧੇਰੀ ਔਖੀ ਆਵਾਜ਼ 'ਚ ਮੁੰਡੇ ਨੇ ਪੁੱਛਿਆ ਤੇ ਬੇਬੇ 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 ਤਾਂ ਪਤਾ ਨਹੀਂ ਪਰ ਜਦੋਂ ਫੇਰ ਕਿਕਰਵਾਲ ਨਿਗਾ ਮਾਰੀ ਤਾਂ ਹੱਥ 'ਚ ਗੜਵੀ ਫੜੀ ਆਉਂਦੀ ਦਾਨੀ ਦਿਸ ਪਈ ਕੋਈ ਉਤਾਰ ਚੜਾ ਮਨ ਵਿੱਚ ਆਏ ਪਰ ਜਿਉਂ-ਜਿਉਂ ਉਹ ਨੇੜੇ ਆਉਂਦੀ ਗਈ ਚਿੱਤ ਟਿਕਾਣੇ ਆਉਂਦਾ ਗਿਆ ਉਹਦੇ ਅੰਦਰ ਪੈਰ ਪਾਉਂਦਿਆਂ ਪੁੱਛਿਆ ਮੇਮ ਸਾਹਿਬ ਕਿੱਧਰ ਗਏ ਸੀ ਸਹੱਲੇ ਕਰਨ ਇਸ ਵੇਲੇ ਭਾਂਡੇ ਮੰਝ ਨੂੰ ਕੱਕਾ ਰੇਤਾ ਲੈਣਾ ਮੁਸਕਰਾ ਕੇ ਚਿੱਟੇ-ਚਿੱਟੇ ਦੰਦਾਂ ਦੀ ਪਾਲਿਸ਼ ਕਾਉਂਦਿਆਂ ਦਾਨੀ ਨੇ ਚੁੰਨੀ ਸੂਤ ਕਰਦਿਆਂ ਠਰਮੇ ਨਾਲ ਕਿਹਾ ਤੇ ਮੋਦਨ ਨੂੰ ਜਿਵੇਂ ਉਹ ਘਰ ਮੁੜ ਉਸੇ ਵੇਲੇ ਭਰਿਆ-ਭਰਿਆ ਲੱਗਣ ਲਾ ਦਿੱਤਾ ਐਂਕਰ ਸੁੰਣਾ ਛੱਡ ਕੇ ਨਾ ਜਾਇਆ ਕਰ। ਉਹਨੇ ਕਸੋਲੀ ਚੁੱਕ ਕੇ ਅੰਦਰ ਲੈ ਜਾਂਦੇ ਆ ਕਿਹਾ। ਬੀਬੀ ਜੀ ਤਾਂ ਘਰੇ ਹੀ ਸੀ। ਦਾਨੀ ਨੇ ਆਸੇ-ਪਾਸੇ ਝਾਕ ਕੇ ਰਤਾ ਹੈਰਾਨੀ ਨਾਲ ਕਿਹਾ ਪਰ ਬੱਬੇ ਕਿੱਧਰੇ ਏ? ਬਿੱਸੀ ਨੇ। ਬੱਬੇ ਕਿੱਥੇ ਆ ਪੁੱਤ? ਉਹਨੇ ਮੁੰਡੇ ਨੂੰ ਪੁੱਛਿਆ। ਪਤਾ ਨਹੀਂ ਚਾਚੀ ਪ੍ਰਸੀਨੀ ਕੋਲ ਜਾਂਦੀ ਰਹੀ ਹੋਣੀ। ਮੋਦਨ ਕਸੋਲੀ ਰੱਖ ਕੇ ਬਾਹਰ ਆਇਆ ਤਾਂ ਉਹਨੇ ਮੁੰਡੇ ਨਾਲ ਖੇਡਣ ਦਾ ਜੀ ਕੀਤਾ ਪਰ ਕੋਈ ਗੁੱਜਾ ਚਾਕਾ ਸੀ ਜਿਹੜਾ ਉਹਦੇ ਕੋਲ ਨਹੀਂ ਸੀ ਜਾਣ ਦਿੰਦਾ। ਕਿੰਨੇ ਦਿਨ ਹੋ ਚੱਲੇ ਸਨ ਦਾਨੀ ਮੁੰਡੇ ਤੋਂ ਵੀ ਉਹਨੂੰ ਬਾਪੂ ਜੀ ਅਖਵਾਉਣ ਦਾ ਯਤਨ ਕਰ ਲੱਥੀ ਸੀ ਉਹ ਵੀ ਨਹੀਂ ਸੀ ਆਖਦਾ ਤੇ ਹੋਰ ਵੀ ਅਜੀਬ ਗੱਲ ਇਹ ਸੀ ਕਿ ਜਦੋਂ ਅਜਿਹੀ ਗੱਲ ਕਹਿੰਦੀ ਗੇਲੂ ਹੱਸ ਕੇ ਬਾਹਰ ਖੇਡਣ ਭੱਜ ਜਾਂਦਾ ਇਹ ਚਾਕਾ ਵੀ ਨਹੀਂ ਸੀ ਕੋਈ ਅੰਦਰਲੀ ਖਾਰ ਜਾਪਦੀ ਸੀ ਪਰ ਖਾਰ ਐਡੇ ਨਿਆਣੇ ਨਾਲ ਕਾਦੀ ਗੇੱਲੂ ਪੁੱਤ ਆਪਣੇ ਬਾਪੂ ਜੀ ਕੋਲ ਜਾ ਦਾਨੀ ਨੇ ਚੁੱਲ੍ਹੇ ਮੂਰੇ ਬੈਠਣ ਲੱਗਿਆ ਛੀਂਟ ਦੀ ਸਲਵਾਰ ਨੂੰ ਖੜਖੜਾਉਂਦਿਆਂ ਫਿਰ ਮੁਸਕਰਾ ਕੇ ਆਖਿਆ ਤੇ ਉਵੇਂ ਹੀ ਕਾਲੀਆਂ ਹੱਸੂ-ਹੱਸੂ ਕਰਦਿਆਂ ਅੱਖਾਂ ਨਾਲ ਮੋਦਨ ਦੇ ਰਤਾ ਪਰ ਆਏ ਚਿਹਰੇ ਵੱਲ ਤੱਕਦਿਆਂ ਅੰਦਰਲਾ ਸਾਰਾ ਮੋਹ ਅੱਖਾਂ 'ਚ ਚਲਕਾ ਦਿੱਤਾ ਤੇ ਨੀਰੀ ਮੋਹ ਦੀ ਮੂਰਤ ਬਣ ਕੇ ਬਹਿ ਗਈ ਮੁੰਡਾ ਮੋਦਨ ਵੱਲ ਦੇਖ ਕੇ ਉਂਜੀ ਸੁੰਨਾ-ਸੁੰਨਾ ਵਿੰਦਾ ਰਿਹਾ ਜਿਵੇਂ ਕਿਸੇ ਉਪਰੇ ਬੰਦੇ ਦੀ ਪਛਾਣ ਕੱਢ ਰਿਹਾ ਹੋਵੇ ਮੋਦਨ ਨੇ ਪਹਿਲਾਂ ਤਾਂ ਉਹਦੇ ਵੱਲ ਤੇ ਫਿਰ ਦਾਨੀ ਵੱਲ ਅੱਖਾਂ 'ਚ ਵੇਖਿਆ ਤਾਂ ਚਿੱਤ ਫੇਰ ਦੁਬਿਧਾ 'ਚ ਪੈ ਗਿਆ ਬਿਲਕੁਲ ਇੰਜ ਜਿਵੇਂ ਉਹਨੂੰ ਕਿਸੇ ਨੂੰ ਕਾਂਠ ਚ ਲਾ ਦਿੱਤਾ ਹੋਵੇ ਦੂਜੇ ਹੀ ਪਲ ਪਤਾ ਨਹੀਂ ਕਿੰਝ ਉਹਦੇ ਮਨ 'ਚ ਦੋ ਟੁਕ ਫੈਸਲਾ ਹੋ ਗਿਆ ਤੇ ਉਦੋਂ ਹੀ ਉਹਨੇ ਵਿਰਾਛਾ ਖਿਲਾਰ ਕੇ ਮੁਸਕਰਾਉਂਦਿਆਂ ਪਲਾਂਗ ਪੁੱਟੀ ਤੇ ਮੁੰਡੇ ਨੂੰ ਕੱਚਾ 'ਚ ਦੇਖ ਕੇ ਸਿਰ ਉੱਤੋਂ ਛਾਲਣ ਲੱਗ ਪਿਆ ਘੇਲੂ ਦਾ ਹੇਠਲਾ ਸਾ ਹੇਠਾਂ ਤੇ ਉਤਲਾ ਉਤਾਂ ਰਹਿ ਗਿਆ ਪਰ ਉਸ ਵੇਲੇ ਉਹਨੇ ਬਾਹਾਂ ਨੀਵੀਆਂ ਕਰਕੇ ਆਪਣੇ ਢਿੱਡ ਤੇ ਸਿਰ ਉੱਤੇ ਧਰਦਿਆਂ ਹੋਇਆ ਮੂੰਹ ਨਾਲ ਕੁਤਕੁਤ ਕੀਤੀ ਤਾਂ ਘੇਲੂ ਮੱਕੀ ਦੀਆਂ ਖਿਲਾਂ ਵਾਂਗ ਖਿੜਖਿੜ ਕੇ ਇੰਨੀ ਉੱਚੀ ਹੱਸਿਆ ਕਿ ਮੋਦਰ ਨੇ ਫੇਰ 3-4 ਵਾਰੀ ਉਹਨੂੰ ਉਵੇਂ ਉਤਾਉ ਓਲਾਰ ਓਲਾਰ ਕੇ ਮੁੜ ਉਹਦਾ ਢਿੱਡ ਸਿਰ ਉੱਤੇ ਧਰ ਕੇ ਕੁਤਕੁਤਾੜੀਆਂ ਕੱਢੀਆਂ ਹੁਣ ਮੋਦਨ ਨੇ ਦਾਨੀ ਦੀਆਂ ਅੱਖਾਂ ਨਹੀਂ ਸਨ ਵੇਖੀਆਂ ਉਹਦੀ ਛਣਕਦੀ ਹਾਸੀ ਸੁਣ ਸਕਿਆ ਇੰਜੂ ਦੀਆਂ ਅੱਖਾਂ ਸ਼ਾ ਕਾਕੀਆਂ ਚੰਗਿਆੜੀਆਂ ਵਾਂਗ ਚਿਣਗ ਛੜਦੀਆਂ ਅੰਦਰਲੀ ਸਾਰੀ ਲਿਸ਼ਕ ਆਪਣੇ ਵਿੱਚ ਸਮੋਹ ਲਈਆਂ ਸਨ ਤੇ ਕਿੰਜ ਸਾਰਾ ਅੰਦਰ ਸੁੱਖ ਦੇ ਹੰਝੂ ਬਣ ਕੇ ਆਪੇ ਹੀ ਬਾਹਰ ਡੁੱਲਣ ਲੱਗ ਪਿਆ ਸੀ ਕਿੰਜ ਕਿਸੇ ਖਾਰੇ ਅੰਮ੍ਰਿਤ ਦੀਆਂ ਬੂੰਦਾਂ ਸੋਣ ਦੇ ਮੀਂਹ ਪਿੱਛੋਂ ਸਰਕੜੇ ਨਾਲ ਲੰਮੀਆਂ ਪਲਮੂਣਾ ਉੱਤੇ ਅਟਕੀਆਂ ਕਣੀਆਂ ਵਾਂਗ ਕੰਬ ਰਹੀਆਂ ਸਨ ਇਹ ਕਿਹੜੀ ਅੱਖ ਵੇਖੇ ਮੋਦਨ ਵਿੱਚ ਅੱਖ ਵੀ ਤਾਂ ਜਿਵੇਂ ਇਸ ਦੇ ਦ੍ਰਿਸ਼ ਚੱਲਣ ਦੀ ਸਮਰੱਥਾ ਹੀ ਨਹੀਂ ਸੀ ਇਸ ਕਰਕੇ ਉਹ ਗੇਲੂ ਨਾਲ ਖੇਡਦੇ ਆ ਸਿਰਫ ਚੋਰੀ ਅੱਖ ਦੋ ਵਾਰੀ ਧੌਣ ਟੇਢੀ ਕਰਕੇ ਝਾਂਕਿਆ ਪਰ ਸਿੱਧਾ ਨਹੀਂ ਤੱਕ ਸਕਿਆ ਕੁਵੇਲੇ ਹੋਏ ਬੇਬੇ ਪਰਸੀਨੀ ਦੇ ਘਰੋਂ ਮੁੜੀ ਤਾਂ ਚਾਹ ਰਤਾ ਮੱਠਾ ਪੈ ਗਿਆ ਬੇਬੇ ਦਾ ਉਦਾਸਿਆ ਚਿਹਰਾ ਵੇਖ ਕੇ ਕੁਝ ਰੋਸ ਗਿਆ ਤਾਂ ਹੋਇਆ ਪਰ ਆਪਣੇ ਚਾਹ ਨੂੰ ਮੱਠਾ ਉਹ ਕਿਵੇਂ ਵੀ ਨਾ ਪਾ ਸਕਿਆ ਰੋਟੀ ਫੜਾਉਣ ਗਏ ਮੰਜੇ ਤੇ ਪੁਆਂਦੀ ਬੈ ਕੇ ਰਤਾ ਹੱਸਦਿਆਂ ਉਹਨੇ ਬੇਬੇ ਤੋਂ ਪੁੱਛਿਆ ਬੇਬੇ ਅਜੇ ਵੀ ਤਰ੍ਹਾਂ ਘਰੇ ਜੀ ਨਹੀਂ ਲੱਗਦਾ ਕੀ ਆਖਿਆ ਪੁੱਤ ਬੇਬੇ ਰਤਾ ਕਾ ਬਰੀਵਾਸ ਚ ਬੋਲੀ ਨਾ ਮੈਂ ਤਾਂ ਉਹੀ ਉੱਠ ਗਈ ਸੀ ਪੁੱਤ ਸਾਰਾ ਦਿਨ ਵੇਲੀ ਬੈਠ ਕੇ ਵੀ ਅੱਕ ਜਾਨੀਆ ਕੰਮ ਤਾਂ ਸਾਰਾ ਬਹੂ ਕਰ ਲੈਂਦੀ ਐ ਮੈਂ ਕਿਹਾ ਬਿੰਦ ਜਾ ਆਵਾ ਬਾਹਰ ਅੰਦਰ ਮੋਦਨ ਨੂੰ ਬੇਬੇ ਝੂਠ ਬੋਲਦੀ ਲੱਗੀ ਪਰ ਫਿਰ ਆਪੇ ਹੀ ਉਹਨੇ ਮੰਨੋ ਸਮਝਾਇਆ ਉਹਨੂੰ ਝੂਠ ਬੋਲਣ ਦੀ ਲੋੜ ਵੀ ਕੀ ਐ ਨਾਲੇ ਐਦੂ ਚੰਗਾ ਉਹਨੂੰ ਹੋਰ ਸੁੱਖ ਮਿਲ ਵੀ ਕੀ ਸਕਦਾ ਉਹਦੀ ਤੇ ਆਪਣੀ ਗੱਲ ਦੀ ਗੰਭੀਰਤਾ ਨੂੰ ਹਾਸੇ ਚ ਪਾਉਂਦਿਆਂ ਬੋਲਿਆ ਨੂੰ ਸੱਚ ਦੀ ਤਾਂ ਅਜ ਤਾਈ ਕਿਸੇ ਦੀ ਬਣੀ ਨਹੀਂ ਦੁਨੀਆਂ ਦੇ ਤਖਤੇ ਤੇ ਸੁਣੀ ਨਹੀਂ ਤੇ ਹੁਣ ਥੋੜ੍ਹਾਵੇਂ ਨੂੰ ਪਤਾ ਨਹੀਂ ਨਾ ਪੁੱਤਾ ਇਹ ਕੀ ਗੱਲ ਆਖੀ ਤੂੰ ਹਰਕੁਰ ਨੇ ਕਿਹਾ ਮੈਂ ਤਾਂ ਪੁੱਤੋਂ ਨਾ ਰਾਖਸ਼ਸ਼ਣੀਆਂ ਨਾਲ ਜੂਨ ਪੂਰੀ ਕਰ ਲਈ ਇਹ ਤਾਂ ਸੁੱਖ ਨਾਲ ਵਿਚਾਰੀ ਹੈ ਹੀ ਗਾਉਂ ਦੀ ਜਾਈ ਬੇਬੇ ਦੇ ਮੋਹੋਂ ਗਾਉਂ ਦੀ ਜਾਈ ਸੁਣ ਕੇ ਮੋਦਰ ਨੂੰ ਕੁਝ ਹੋਰੂੰ ਲੱਗਿਆ ਤੇ ਉਹਦੀ ਸ਼ਕਲ ਸੂਰਤ ਉੱਕਾ ਉਪਰੀ ਉਪਰੀ ਜਾਪੀ ਪਰ ਆਪਣੀ ਨਿਰੀ ਕਲਪਨਾ ਉਤਿਆਂ ਨੂੰ ਫੇਰ ਹਾਸੀ ਆ ਗਈ ਫੇਰ ਜਦੋਂ ਰੋਟੀ ਖਾਂਦੇ ਆਂ ਵੀ ਬੇਬੇ ਆਪਣੇ ਦੋਏ ਨੂਹਾਂ ਦੀਆਂ ਬਦਖੋਈ ਤੇ ਇਸ ਲਿਆਂਦੀ ਵੀ ਦੀਆਂ ਸਿਫਤਾਂ ਕਰਦੀ ਰਹੀ ਤਾਂ ਮੋਦਰ ਨੂੰ ਤਸੱਲੀ ਹੋ ਗਈ ਕਿ ਉਹ ਝੂਠ ਨਹੀਂ ਸੀ ਬੋਲ ਰਹੀ ਲੈ ਹੁਣ ਤੈਨੂੰ ਕਿਹੜਾ ਨਹੀਂ ਪਤਾ ਮੋਦੀਆ ਇੰਨੇ ਦਿਨ ਹੋ ਗਏ ਇੱਕ ਜੱਗ ਦਾ ਮੂੰਹ ਰੱਖਣ ਨੂੰ ਸੱਤ ਬਗਾਨਿਆਂ ਵਾਂਗੂ ਆ ਕੇ ਠੁੱਠੀ ਰਫਈਆ ਦੇ ਗਈਆਂ ਮੁੜ ਕੇ ਕਦੇ ਸ਼ਕਲ ਦਿਖਾਈ ਐ ਦਿਖਾਈ ਐ ਕਿਸੇ ਦੋਹਾਂ ਨੇ ਕਾਨੋ ਪੁੱਤ ਇਹ ਖਲਣੇ ਜੋਗੀਆਂ ਦੀਆਂ ਨੇ ਨੱਕ ਹੀਠ ਆਉਂਦਾ ਕੁਛ ਇਹਨਾਂ ਦੇ ਖਬਰੇ ਆਪਦੇ ਆਪ ਨੂੰ ਕੀ ਸਮਝਦੀਆਂ ਵੇਖ ਲੈ ਹੁਣ ਛੋਟੇ ਦੇ ਪਤਾ ਨਹੀਂ ਕੀ ਸਵਾਦੀ ਚੁੰਡੀ ਸਿਰ 'ਚ ਪਾਈ ਐ ਉਹਨੂੰ ਵੀ ਇੱਧਰ ਮੂੰਹ ਨਹੀਂ ਕਰਨ ਦਿੰਦੀਆਂ ਅਜੇ ਛੋਟੀ ਤਾਂ ਫੇਰ ਕੁਝ ਹੈ ਅਸਲ ਚ ਉਹ ਵੱਡੀ ਨੇ ਸਾਰੇ ਪੱਟ ਪਾਏ ਐ ਜਿੰਨੇ ਵੀ ਪਾਏ ਐ ਹੁਣ ਤੈਨੂੰ ਕਿਹੜਾ ਪਤਾ ਨਹੀਂ ਖਬਰ ਨਹੀਂ ਕਿਹੜੇ ਚੰਦਰੇ ਵੇਲੇ ਪੁੱਠੇ ਪੈਰਾਂ ਵਾਲੀ ਨੇ ਵਿਹੜੇ 'ਚ ਪੈਰ ਧਰਿਆ ਸੀ ਮੇਰੇ ਹੀਰਿਆਂ ਵਰਗੇ ਪੁੱਤ ਐ ਐ ਅੱਡੋ ਅੱਡੀ ਪਾੜ ਕੇ ਬਹਾਤੇ ਚੰਦਰੀ ਨੇ ਬੇਬੇ ਅੱਖਾਂ ਭਰਾਈ ਤੇ ਮੋਦਰ ਨੂੰ ਜਿਵੇਂ ਪਹਿਲਾਂ ਤਾਂ ਕੋਈ ਅੰਤਰੀਵ ਤਸੱਲੀ ਹੋਈ ਪਰ ਦੂਜੇ ਹੀ ਪਲ ਉਹਦਾ ਮਨ ਉਦਾਸ ਹੋ ਗਿਆ ਛੋਟੇ ਨੂੰ ਕੁਝ ਘੜੀਆਂ ਪਹਿਲਾਂ ਖੇਤ 'ਚ ਆਖੀਆਂ ਗੱਲਾਂ ਉਹਨੂੰ ਚੇਤੇ ਆਉਣ ਲੱਗ ਪਈਆਂ ਤੇ ਤਰਸ ਵੀ ਆਇਆ ਫਿਰ ਸੱਜਣ ਦੀ ਸ਼ਕਲ ਸੂਰਤ ਸਾਹਮਣੇ ਆਈ ਤਾਂ ਮਨ ਕ੍ਰੋਧ ਨਾਲ ਪ੍ਰਬਲ ਹੋ ਉੱਠਿਆ ਪੋਸੇ ਵੇਲੇ ਉੱਠ ਕੇ ਉਹ 베ੜੇ 'ਚ ਆ ਗਿਆ ਪਹਿਲਾਂ ਬਾਹਰਲੇ ਬੂਹੇ ਵੱਲ यूं ਵੇਖਿਆ ਜਿਵੇਂ ਅੰਦਰਲੇ ਘਰ ਚੱਲਿਆ ਹੋਵੇ ਪਰ ਪਸ਼ੂਆਂ ਦੇ ਕੋਠੜੇ ਕੋਲ ਜਾ ਕੇ ਫੋੜੇ ਨਾਲ ਗੋਹਾ ਹਟਾਉਣ ਲੱਗ ਪਿਆ ਉਹਦੇ ਰਾਤ ਨੂੰ ਮੋਦਨ ਨੇ ਦਾਨੀ ਦੇ ਉਹਨਾਂ ਪੇਖਿਆਂ ਬਾਰੇ ਸਾਖ ਸੰਬੰਧੀਆਂ ਬਾਰੇ ਜਿੰਨੀਆਂ ਗੱਲਾਂ ਪੁੱਛੀਆਂ ਪਹਿਲਾਂ ਕਦੇ ਨਹੀਂ ਸੀ ਪੁੱਛੀਆਂ ਦਾਨੀ ਵੀ ਜਿਉਂ ਦੇੜਨ ਲੱਗੀ ਫਿਰ ਕੋਈ ਲਕੋ ਉਹਨੇ ਕੋਈ ਪੇਕਿਆਂ ਦਾ ਨਾ ਹੀ ਮਗਰਲੇ ਸੋਹਰਿਆਂ ਦਾ ਹੀ ਰੱਖਿਆ ਮੋਦਨ ਫੇਰ ਵੀ ਇੱਕ ਗੱਲ ਤੇ ਬੜਾ ਹੈਰਾਨ ਸੀ ਕਿ ਦਾਨੀ ਨੇ ਗੇਲੂ ਦੇ ਪਿਓ ਬਾਰੇ ਕੁਝ ਨਹੀਂ ਸੀ ਦੱਸਿਆ ਜਦੋਂ ਸੁੱਤੇ ਸੁਭਾਅ ਦਾ ਜ਼ਿਕਰ ਵੀ ਕਿਤੇ ਆ ਜਾਂਦਾ ਤਾਂ ਹੋ ਉਸ ਵੇਲੇ ਗੱਲ ਟਾਲ ਜਾਂਦੀ ਤੇ ਬਦਲੀ ਹੋਈ ਆਵਾਜ਼ ਦਾ ਫਰਕ ਉਹ ਤਾੜ ਜਾਂਦਾ ਅਖੀਰ ਜਦੋਂ ਦੇ ਮਨ 'ਚ ਸ਼ੱਕ ਦੀ ਹੱਦ ਤਾਈ ਕੋਈ ਵਹਿਮ ਕਰ ਘਰ ਗਿਆ ਤਾਂ ਉਹਨੇ ਸਿੱਧਾ ਜੱਟੋ ਸੋਧਾਂ ਕੱਢ ਕੇ ਮਾਰਿਆ ਤੂੰ ਆ ਦੀ ਕੋਈ ਗੱਲ ਖੁੱਲ ਕੇ ਕਿਉਂ ਨਹੀਂ ਦੱਸਦੀ ਪਲਾ ਹੁਣ ਉਹ ਮੇਰਾ ਵਿਚਾਰਾ ਕਿ ਸ਼ਰੀਕ ਬਣਨ ਲੱਗਿਆ। ਦਾਨੀ ਚੁੱਪ ਕਰ ਗਈ ਤੇ ਮੋਦਨ ਨੂੰ ਜਾਪਿਆ ਕਿ ਉਹ ਅੱਖਾਂ ਪਰਾਈ ਸੀ। ਫਿਰ ਮਨ ਕਾਬੂ ਕਰਕੇ ਮੂੰਹ ਕੰਧ ਵੱਲ ਕਰਦੇ ਆ ਧੀਮੀ ਆਵਾਜ਼ 'ਚ ਤਰਦਦ ਨਾਲ ਬੋਲੀ ਹੁਣ ਉਹਦੇ ਸੀਵੇ ਨੂੰ ਫਰੋਲ ਕੇ ਆਪਾਂ ਨੂੰ ਥਿਆ ਵੀ ਕੀ ਜਾਣਾ। ਕਾਹਨੂੰ ਐਵੇਂ ਮੋਦਨ ਦਾ ਰੋਸ ਗੁੱਸਾ ਬਣਦਾ ਜਾ ਰਿਹਾ ਸੀ। ਸ਼ੱਕ ਪੱਕਾ ਹੋ ਰਿਹਾ ਸੀ। ਉਸ ਰੱਤਾ ਰੁੱਖੀ ਆਵਾਜ਼ 'ਚ ਕਿਹਾ ਤੇ ਮੈਂ ਉਹ ਤੋਂ ਜ਼ਮੀਨ ਵੰਡੋਣੀ ਐ। ਨਹੀਂ ਦੱਸਣਾ ਨਾ ਦੱਸ। ਦਾਨੀ ਤਰ੍ਹਾਂ ਕੇ ਗੇਲੂ ਨੂੰ ਸੂਤ ਕਰਕੇ ਪਾਉਣ ਦੇ ਬਹਾਨੇ ਉੱਠ ਕੇ ਬਹਿ ਗਈ ਉਹਨੇ ਸਾਰੀ ਵਿਚਾਰੀ ਗੱਲ ਤਾੜ ਲਈ ਸੀ ਬਿੰਦ ਦਾ ਬਿੰਦੋ ਫੇਰ ਚੁੱਪ ਕਰ ਰਹੀ ਤੇ ਆਪਣੇ ਅੰਦਰਲਾ ਸਭ ਕੁਝ ਦਬਾ ਕੇ ਮੁਸਕਰਾਉਂਦਿਆਂ ਹੋਇਆਂ ਬੋਲੀ ਲੈ ਤੂੰ ਤਾਂ ਜੀ ਨਿਆਣਿਆਂ ਵਾਂਗੂ ਐ ਵੀ ਮੂੰਹ ਹੋਰੂ ਕਰ ਲੈਣਾ ਦੱਸਣੋਂ ਭਲਾ ਹੁਣ ਕੋਈ ਗੱਲ ਲਕੋਕ ਹੀ ਲੈਣੀ ਐ ਨਾਲੇ ਲਕੋਵ ਵੀ ਕਿੰਨਾ ਚਿਰ ਰੱਖੂ ਇੱਥੇ ਹੁਣ ਲਕੋਵ ਰੱਖ ਕੇ ਦਿਨ ਕੱਟੇ ਜਾਣਗੇ ਤੇ ਆਪਾਂ ਤਾਂ ਗੁੱਜੀਆਂ ਵੀ ਰਹੀਆਂ ਹੁੰਦੀਆਂ ਕਦੇ ਮੈਂ ਤਾਂ ਉਹੀ ਕਹਿੰਦੀ ਸੀ ਵੀ ਆਪਾਂ ਕਾਹਨੂੰ ਇਹੋ ਜੀਆਂ ਗੱਲਾਂ ਕਰਨੀਆਂ ਮੋਦਨ ਦਾ ਮਨ ਟਿਕਾਣੇ ਤਾਂ ਆ ਗਿਆ ਪਰ ਸ਼ੱਕ ਚਿੱਤੋਂ ਨਹੀਂ ਗਿਆ ਗੱਲ ਦਾਨੀ ਨੇ ਅਜੇ ਵੀ ਕੋਈ ਨਹੀਂ ਸੀ ਦੱਸੀ ਜਿਵੇਂ ਉਹ ਚਲਿੱਤਰ ਖੇਡ ਗਈ ਸੀ ਉਹ ਰਾਤ ਵੀ ਫਿਰ ਪਹਿਲੀਆਂ ਰਾਤਾਂ ਵਾਂਗ ਕਾਲੀ ਕਾਲੀ ਹੋ ਗਈ ਆਥਣ ਦੀਆਂ ਸਭ ਲਿਸ਼ਕਦੀਆਂ ਕਲਪਨਾਵਾਂ ਅਲੋਪ ਹੁੰਦੀਆਂ ਲੱਗੀਆਂ ਦਾਨੀ ਵੀ ਮੰਜੇ ਦੇ ਪਰਲੀ ਬਾਹੀ ਨਾਲ ਲੱਗ ਕੇ ਕੰਧ ਵੱਨੀ ਮੂੰਹ ਕਰਕੇ ਪੈ ਗਈ ਮਿੱਟੀ ਦੇ ਤੇਲ ਦਾ ਦੀਵਾ ਅੱਧੀ ਰਾਤ ਤਾਈਂ ਜਗਦਾ ਰਿਹਾ ਤੇ ਫਿਰ ਤੇਲ ਮੁੱਕਣ ਵਿੱਚੋਂ ਆਪੇ ਹੀ ਬੁਝ ਗਿਆ ਤੜਕੇ ਮੋਦਨ ਥੱਕਿਆ ਥੱਕਿਆ ਉੱਠਿਆ ਤਾਂ ਦਾਨੀ ਗੋਹੇ ਕੁੜੇ ਦਾ ਸਾਰਾ ਕੰਮ ਨਿਬੇੜ ਚੁੱਕੀ ਸੀ ਸੰਬਰੇ ਸੋਰੇ ਵੇੜੇ ਵਿੱਚ ਖਿਲਦੀ ਧੁੱਪ 'ਚ ਡੱਠੇ ਮੰਜੇ ਤੇ ਬਹਿ ਕੇ ਜਦੋਂ ਚਾਹ ਦਾ ਚਿਲਕ ਦਾ ਗਲਾਸ ਉਹਨੇ ਮੂੰਹ ਨੂੰ ਲਾਇਆ ਤਾਂ ਦਾਨੀ ਦੇ ਤੋਤੇ ਨਿਖਰੇ ਚਿਹਰੇ ਵੱਲ ਤੱਕਿਆ ਇਹ ਰਾਤ ਹਨੇਰੀ ਸਮਝ ਕੇ ਗਵਾ ਦੇਣ ਦਾ ਰਤਾ ਵੀ ਅਫਸੋਸ ਨਹੀਂ ਹੋਇਆ ਕਿਹੋ ਜਿਹਾ ਹੋਵੇ ਸੜਾ ਮਲੰਗਾ ਆਪਾਂ ਕੀ ਲੈਣਾ ਉਹਨੇ ਚਿੱਤ 'ਚ ਆਪੇ ਹੀ ਸਮਝਾਉਂਦੇ ਆ ਫਿਟਕਾਰ ਪਾਈ ਦਾਨੀ ਵੀ ਉਹਦਾ ਬਦਲਿਆ ਰੋਂ ਵੇਖ ਕੇ ਹੁਣ ਸੱਜਰੇ ਖਿੜੇ ਫੁੱਲ ਵਾਂਗ ਟਹਿਕਦੀ ਫਿਰਦੀ ਸੀ ਉਦੇ ਹੱਥਾਂ ਪੈਰਾਂ ਦੀ ਫੁਰਤੀ ਨੂੰ ਵੇਖ-ਵੇਖ ਕੇ ਮੋਦਨ ਦੀ ਸਾਰੀ ਦੁਬਿਧਾ ਮਿਟਦੀ ਗਈ। ਉਹਨੂੰ ਜਾਪਦਾ ਸੀ ਕਿ ਉਜਾੜ ਪਏ ਘਰ ਨੂੰ ਵਸਾਉਣ ਲਈ ਉਹਦੀਆਂ ਸਾਰੀਆਂ ਖਾਮੀਆਂ ਨੂੰ ਉਹ ਮਾਫ਼ ਕਰ ਸਕਦਾ ਸੀ। ਕਿਸੇ ਵੀ ਤਰ੍ਹਾਂ ਉਹਦੇ ਮਨ ਵਿੱਚੋਂ ਆਪਣੇ ਬਾਰੇ ਨਿੱਕਾ-ਮੋਟਾ ਡਰ ਵੀ ਉਹ ਕੱਢਣਾ ਚਾਹੁੰਦਾ ਸੀ। ਉਸ ਇਸ ਡਰ ਦਾ ਪਛਤਾਵਾ ਕਿੰਨੀ ਵਾਰੀ ਦਾਨੀ ਦੇ ਚਿਹਰੇ ਤੇ ਉਹਨੇ ਪ੍ਰਤੱਖ ਦੇਖਿਆ ਸੀ। ਤੇ ਇਸ ਨਾਲ ਪਲਾਂ ਵਿੱਚ ਹੀ ਉਹਦੀਆਂ ਚਮਕੀਲੀਆਂ ਅੱਖਾਂ ਦੇ ਵਾਲੇ ਅੰਦਰਵਾਰ ਤੋਂ ਅੱਖੀ ਉਦਾਸੀ ਵੇਖੀ ਸੀ। ਇਹਦੇ ਨਾਲ ਹੀ ਜਿਹੜੀ ਸਭ ਤੋਂ ਭਿਆਨਕ ਗੱਲ ਵਾਪਰਦੀ ਸੀ ਉਹ ਇਹ ਇੰਜ ਨੂੰ ਆਪਣੀ ਖਾਮੀ ਹੋਣ ਦਾ ਅਹਿਸਾਸ ਵੱਲੋਂ ਮੱਲੀ ਹੋਣ ਲੱਗ ਪੈਂਦਾ ਸੀ ਤੇ ਪਿੰਡ ਵਿੱਚ ਸੱਪ ਵਾਂਗ ਜ਼ਹਿਰ ਜਿਹਾ ਘੁਲਣ ਲੱਗ ਪੈਂਦਾ ਸੀ ਉਹਨੂੰ ਜਾਪਦਾ ਸੀ ਉਹਦੇ ਅੰਦਰ ਅਜੇ ਤੱਕ ਕੋਈ ਗੰਢ ਬੰਜੀ ਹੋਈ ਹੈ ਜੋ ਨਾ ਖੁਰਦੀ ਸੀ ਤੇ ਨਾ ਹੀ ਖੁੱਲਦੀ ਸੀ ਪਰ ਉਹ ਸਭ ਕਾਸੇ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ ਪਿੰਡ ਵਿੱਚ ਬੜੀਆਂ ਅਜੀਬ ਗੱਲਾਂ ਹੋ ਰਹੀਆਂ ਸਨ ਇੱਕ ਗੱਲ ਲੋਕਾਂ ਨੇ ਬਣਾ ਕੇ ਪੈਰੀ ਤੋਰੀ ਸੀ ਕਿ ਮੋਦਨ ਤੇ ਰੁਲਦੂ ਨੇ ਤੀਵੀਂ ਸਾਂਝ ਹੀ ਲਿਆਂਦੀ ਸੀ ਐਸੇ ਤਾਂ ਰੁਲਦੂ ਨੇ ਲਾਏ ਪਰ ਘਰ ਮੋਦਨ ਦੇ ਵਸੀ ਇਹ ਕਿਉਂ ਬਈ ਕਿਸੇ ਕੋਲ ਜਵਾਬ ਵੀ ਕੋਈ ਨਹੀਂ ਸੀ ਕਈ ਗੱਲ ਹਾਸੇ ਚ ਪਾ ਲੈਂਦੇ ਤੇ ਕਈਆਂ ਨੂੰ ਸ਼ੱਕ ਪੈਂਦਾ ਤੇ ਕਈ ਸੱਚ ਮੰਨ ਵੀ ਲੈਂਦੇ ਪਰ ਇਹ ਗੱਲ ਅਜੇ ਨਾ ਰੁਲਦੂ ਤਾਂ ਹੀ ਪਹੁੰਚੀ ਸੀ ਤੇ ਨਾ ਹੀ ਮੋਦਨ ਤੱਕ ਕਹਿਣ ਵਾਲੇ ਤਾਂ ਚਬਾਚ ਵਿੱਚ ਵਾਲਿਆਂ ਨੂੰ ਸਾਰਿਆਂ ਹੀ ਜਿਵੇਂ ਅੰਦਰੋਂ ਡਰ ਲੱਗਦਾ ਸੀ ਪਤੰਦਰਾਂ ਤੋਂ ਪਰ ਕਿਹੜਾ ਮੂੰਹ ਚੋਂ ਨਿਕਲੀ ਵਾ ਵੀ ਕਿਸੇ ਦੇ ਵਾਸਤੇ ਰਹੀ ਹੈ ਕਿਸੇ ਦਿਨ ਤਾਂ ਉੱਥੇ ਪਹੁੰਚਣਾ ਹੀ ਸੀ ਰੰਗ ਰੂਪ ਵਟਾ ਕੇ ਵੀ ਉਹ ਪਹੁੰਚ ਹੀ ਗਈ ਮੈਂ ਸਾਲਿਆਂ ਦਾ ਚੂਲੀਏ ਲਹੂ ਨਾ ਪੀਜੂ ਕੋਈ ਸਾਹਮਣੇ ਹੋਵੇ ਤਾਂ ਸਹੀ ਰੁਲਦੂ ਆਪ ਮੁਹਾਰਾਈ ਪਸ਼ੂਆਂ ਦੇ ਹੇਠੋਂ ਥਾਂ ਸੰਬਰਦਾ ਅੱਖਾਂ ਸੋਈਆਂ ਕਰਕੇ ਬੋਲਣ ਲੱਗ ਪਿਆ ਸੀ ਕੁੱਤੀਆਂ ਜਾਤਾਂ ਬਾਹਰ-ਬਾਹਰ ਭੌਂਕਦੀਆਂ ਫਿਰਦੀਆਂ ਜੇ ਹੈ ਕਿਸੇ 'ਚ ਤਨ ਤਾਂ ਜਵਾਈ ਦੇ ਮੱਥੇ ਲੱਗੋ ਆ ਕੇ ਐਂ ਅੱਖਾਂ ਨੂੰ ਤਾਂ ਚੰਦ ਸੂਰਜ ਤੇ ਕਿਹੜਾ ਇਹ ਦੁਸ਼ਣ ਹੀ ਲਾਉਂਦੀ ਦੁਨੀਆ 16 ਕਲਾ ਸੰਪੂਰਨ ਉਤਾਰੋਂ ਉਤਰਿਆ ਹੋਇਆ ਨਾ ਉਹਦੇ ਤੇ ਵੀ ਇਲਜ਼ਾਮ ਲਾਏ ਐ ਇਹਨਾਂ ਨੇ ਦਵਾਨੀ ਦੇ ਧੋਬੀ ਨੇ ਹੀ ਮੂੰਹ ਟੱਡ ਕੇ ਕਹਿਤਾ ਸੀ ਬਾਈ ਸੀਤਾ ਤਾਂ ਪਵਿੱਤਰ ਤਾਂ ਹੀ ਨਹੀਂ ਰਹੀ ਲੈ ਦੱਸ ਕਿਸੇ ਸਲੇ ਦਾ ਮੂੰਹ ਫੜ ਲੈਣਾ ਹਾਂ ਸਵਾਦ ਤਾਂ ਫੇਰ ਐ ਮਰਦਪੁਣਾ ਤਾਂ ਫੇਰ ਐ ਜੇ ਕੋਈ ਮੁੱਛਾ ਵਾਲਾ ਮੂੰਹ ਤੇ ਆ ਕੇ ਆਖੇ ਆਖੇ ਤਾਂ ਸਹੀ ਵੇਖ ਜੇ ਮੇਰੇ ਲੋੜੇ ਦਾ ਕੁੱਤਰਾ ਨਾ ਕਰਦਿਆਂ ਹਾਂ ਰੁਲਦੋਂ ਹੈਗਾ ਜਿਉਣੇ ਦਾ ਬਿਛਣੀ ਤੇਲਣ ਦਾ ਕੁੱਲਾ ਨਹੀਂ ਬਈ ਤੀਵੀਂ ਖੁਆ ਕੋਲੂ ਮਗਰ ਬਲਦ ਹੱਕਣਾ ਲੱਗੂ ਮੈਂ ਤਾਂ ਔੜਵੇਂ ਕੋੜਵੇਂ ਦਾਣੀ ਨਾਸ ਕਰ ਦੂੰ ਬਈ ਨਾਸ ਹਾਂ ਹੈ ਰੜਕ ਤਾਂ ਦੇਖ ਲੋ ਕੋਈ ਲਾ ਕੇ ਠੋਹੇ ਦੀ ਪੂੰਛ ਨੂੰ ਹੱਥ ਅੱਜ ਜਿਹੜੀ ਆਈ ਐ ਸਾਡੇ ਤਾਂ ਡਾਂਗ ਦੇ ਡੇਰੇ ਐ ਅਸੀਂ ਤਾਂ RAM ਤੇ ਸਾਧੂ ਐ ਸਾਡਾ ਕੋਈ ਕੀ ਦੁੰਬ ਪੱਟ ਲੂ ਹਾਂ ਉਹ ਜਿਵੇਂ ਆਪਣਾ ਸਾਰਾ ਗੁੱਪ-ਗੁਬਾਟ ਇੱਥੇ ਹੀ ਕੱਢ ਲੈਣਾ ਚਾਹੁੰਦਾ ਸੀ ਪਰ ਨਿਕਲਿਆ ਫੇਰ ਵੀ ਨਹੀਂ ਆਥਣੇ ਮੋਦਨ ਦੇ ਘਰ ਜਾ ਕੇ ਬਿਨਾਂ ਗੱਲ ਦੱਸਿਆਂ ਜਹੀ ਗੀਦੀ ਬੰਦਿਆਂ ਦੇ ਇੱਧਰਲੇ ਉੱਧਰਲੇ ਹੋਰ ਹੀ ਹਵਾਲੇ ਦੇ ਕੇ ਗਾਲਾਂ ਕੱਢਦਾ ਰਿਹਾ ਮੋਦਰ ਨੂੰ ਵੀ ਮਾੜੀ-ਮੋਟੀ ਵਾਈ ਕਿਧਰੋਂ ਲੱਗੀ ਸੀ ਪਰ ਉਹ ਤੱਤਾ ਹੋ ਕੇ ਐਵੇਂ ਕੈਂਚੀ ਵਾਂਗ ਲੱਸੀ ਦਾ ਵਿਧਾਨ ਨਹੀਂ ਸੀ ਵਧਾਉਣਾ ਚਾਹੁੰਦਾ ਫਿਰ ਵੀ ਜਿਉਂ-ਜਿਉਂ ਰੁੱਲਦੂ ਗੱਲਾਂ ਕਰਦਾ ਸੀ ਮੋਦਰ ਨੂੰ ਜਿਵੇਂ ਹੋਰ ਰੋਹ ਚੜਦਾ ਜਾ ਰਿਹਾ ਸੀ ਆਖੀਰ ਜਦੋਂ ਉਹਨੂੰ ਕੁਝ ਅਕੇਵਾ ਜਿਹਾ ਹੋਣ ਲੱਗ ਪਿਆ ਤਾਂ ਰਤਾ ਖਿੱਚ ਕੇ ਉਹਨੂੰ ਕਿਹਾ ਛੱਡ ਯਾਰ ਕਿਉਂ ਐਵੇਂ ਖਿਚੜੀ ਵਾਂਗ ਰਿੱਜੀ ਜਾਣਾ ਸੁੱਕਾਈ ਜਦੋਂ ਕੋਈ ਸਲਾਹ ਸਿੱਧੇ ਮੱਥੇ ਲੱਗੂ ਉਦੋਂ ਦੇਖ ਲਾਂਗੇ ਉਈ ਗੱਜਬੀਆ ਮੈਂ ਵੀ ਤਾਂ ਹੈ ਸਹੀ ਗੱਲ ਦਾ ਰੋਣਾ ਰੋਣਾ ਰੁਲਦੂ ਨੂੰ ਹੋਰ ਰੋ ਚੜ ਗਿਆ ਜੇ ਕੋਈ ਸਾਹਮਣੇ ਆ ਕੇ ਮੱਥੇ ਲੱਗੇ ਫੇਰ ਤਾਂ ਸਿਆਪਾ ਕਾਦਾ ਫੇਰ ਤਾਂ ਛੱਕਾ ਨਾ ਮਟਾ ਦਈਏ ਪਲਕੁ ਚੁੱਪ ਰਹਿ ਕੇ ਮੋਦਨ ਨੇ ਗੱਲ ਟਾਲ ਕੇ ਹੋਰ ਪਾਸੇ ਪਾ ਲਈ ਐਤਕੀ ਕੋਈ ਪੁਰਾਣਾ ਸਰਾਣਾ ਗੱਡਾ ਕਿਤੋਂ ਪੁੱਛ ਲਈ ਗੱਡਾ ਰੁਲਦੂ ਨੇ ਹੈਰਾਨ ਜਿਹਾ ਹੋ ਕੇ ਉਹਦੇ ਵੱਲ ਘੂਰਦਿਆਂ ਬੋਲਿਆ ਗੱਡਾ ਤੂੰ ਸਿਰਚ ਮਾਰਨਾ ਤੂੰ ਕੈਸੀਆਂ ਗੱਲਾਂ ਕਰਦਾ ਮੋਦਨਾ ਭਲਿਆ ਲੋਕਾ ਆਪਾਂ ਆਪਣੇ ਗੱਡੇ ਦਾ ਬਾਲਣ ਬਣਾਣਾ ਹੈ ਦੱਸ ਕੀ ਉਹਦੇ ਚੋਂ ਹਰਕ ਕੱਢਣਾ ਮੈਂ ਤਾਂ ਚਾਰ ਮਣ ਦਾਣੇ ਹੋਣਗੇ ਮਗਰੋਂ ਢੋਲੂ ਪਹਿਲਾਂ 13 ਸਰਾ ਲਾਂਗਾ ਮੁਕਾ ਲਾਂਗੇ ਹੋਰ ਦੱਸ ਓਏ ਆਹ ਜਾ ਰਹੀ ਪਾਲੇ ਮਾਰੀਆਂ ਗੱਲਾਂ ਕਰਦਾ ਹੁੰਨਾ ਤੂੰ ਵੀ ਰੁਲਦੂ ਕਸੈਲਾ ਜਿਹਾ ਮੂੰਹ ਕਰਦੇ ਆ ਬਾਹਰ ਫਿਰਦੀ ਦਾਨੀ ਵੱਲ ਝਾਂਕ ਝਾਂਕ ਕੇ ਖਿੜਦਾ ਗਿਆ ਦਾਨੀ ਦੇ ਨਿੱਕਾ ਜਿਹਾ कुंठ ਕੱਢਿਆ ਹੋਇਆ ਸੀ ਉਹਦੀਆਂ ਗੱਲਾਂ ਸੁਣਦਿਆਂ ਉਹਦੇ ਚਿਹਰੇ ਤੇ ਪ੍ਰਭਾਵ ਪਲ-ਪਲ ਬਦਲਦੇ ਸਨ ਇਸ ਨਾਲ ਰੁਲਦੂ ਨੂੰ ਤੁਰ ਅੰਦਰੋਂ ਕੋਈ ਠੰਢੀ ਜੀ ਪਸਰਦੀ ਮਹਿਸੂਸ ਹੁੰਦੀ ਤੇ ਜਦੋਂ ਦਾ ਤਕਾ ਕੇ ਦਾਨੀ ਆਪਣੀਆਂ ਹਿਰਨੀ ਵਰਗੀਆਂ ਅੱਖਾਂ ਸੰਗ ਦੀ ਸੰਗ ਦੀ ਉਹਦੇ ਵੱਲ ਭੁਆ ਲੈਂਦੀ ਤਾਂ ਰੁਲਦੂ ਦੇ ਪਿੰਡੇ 'ਚ ਸੀਤ ਨਿਕਲ ਜਾਂਦਾ ਤੇ ਇੱਕ ਵਾਰ ਤਾਂ ਉਹਨੂੰ ਗੱਲਾਂ ਬਣਾਉਣ ਵਾਲੇ ਲੋਕ ਵੀ ਸੱਚੇ ਲੱਗੇ ਉਹ ਸੱਚੀ ਹੀ ਬੇਈਮਾਨ ਸੀ ਪਰ ਐਨ ਉਸ ਵੇਲੇ ਸੱਜੀ ਗੱਲ ਨੂੰ ਜੋਰ-ਜੋਰ ਦੀ ਖਰਵੇ ਹੱਥ ਨਾਲ ਰਗੜਦਿਆਂ ਉਹਨੇ ਖੰਘਾਰ ਕੇ ਕੰਧ ਵੱਲ ਮੂੰਹ ਕਰਕੇ ਥੁੱਕਿਆ ਤੇ ਫਿਰ ਪਤਾ ਨਹੀਂ ਕਿਹੜੀ ਗੱਲ ਨੂੰ ਮੋੜ-ਕੋੜ ਕੇ ਕਿੱਧਰ ਦੀ ਲੈ ਗਿਆ ਰਤਾ ਹਰਖੀ ਆਵਾਜ਼ 'ਚ ਉਹ ਬੋਲਿਆ ਬੰਦੇ ਸਾਲੇ ਦਾ ਕੁਸ਼ਤਾਂ ਧਰਮ ਮਾਨ ਚਾਹੀਦਾ ਕਿਤੇ ਤਾਂ ਮਾੜੀ ਮੋਟੀ ਸਬਰ ਸਬੂਰੀ ਚਾਹੀਦੀ ਹੈ ਜੇ ਥਾਂ ਥਾਂ ਲੋਕਾਂ ਦੀਆਂ ਖੁਰਲੀਆਂ ਤੇ ਟਾਂਗਰ ਨੂੰ ਹੀ ਮੂੰਹ ਮਾਰਦਾ ਫਿਰਿਆ ਉਹ ਜਾਰ ਕੋਈ ਬੰਦਾ ਹੈ ਹੈ ਆ ਲਿੱਲੀ ਛੱਤ ਵਾਲੇ ਨੇ ਵੀ ਕਾਸੇ ਦੀ ਆਸਰਾ ਹੀ ਖੜੋਤਾ ਜਿਹਦੇ ਬੰਦੇ ਦਾ ਧਰਮ ਮਾਨ ਹਿੱਲ ਗਿਆ ਨਾ ਉਹ ਤੋਂ ਪਰਲੋਂ ਹੀ ਆਜੂ ਧਰਤੀ ਤੇ ਫੇਰ ਮਗਰੋਂ ਰਹੂ ਵੀ ਕੀ ਰਹਿਜੂ ਕੁਛ ਨਾ ਕੁਛ ਨਹੀਂ ਰਹਿਣਾ ਤੇ ਫਿਰ ਕਿੰਨਾ ਹੀ ਚਿਰ ਗੱਲਾਂ ਹੋ ਕਰਦੇ ਰਹੇ ਤੇ ਰੁਲਦੂ ਨੇ ਸਿਰ ਉੱਚਾ ਨਹੀਂ ਕੀਤਾ ਸਿਆਣੀ ਉਮਰ ਦੇ ਬੁੜਿਆਂ ਵਾਂਗ ਮੋਦਨ ਨਾਲ ਸਿਰ ਮਾਰ ਮਾਰ ਕੇ ਹੂੰ ਹਾਂ ਕਰਦਿਆਂ ਕਬੀਲਦਾਰੀ ਦੀਆਂ ਗੰਭੀਰ ਸਲਾਹਾਂ ਕਰਦਾ ਰਿਹਾ ਤੁਰਨੋਂ ਪਹਿਲਾਂ ਚਾਚੀ ਹਰਕੋਰ ਨੂੰ ਮੱਥਾ ਟੇਕਣ ਲੱਗਿਆਂ ਸੁਖਸੰਧ ਪੁੱਛੀ ਤੇ ਬਾਹਰੋਂ ਗੇਲੂ ਆ ਗਿਆ ਉਹਦੇ ਨਾਲ ਚੋਣ ਕਰਦਿਆਂ ਇੱਕ ਵਾਰ ਫੇਰ ਦਾਨੀਵਾਲ ਝਾਂਕਣ ਨੂੰ ਜੀ ਘਰ ਆਇਆ ਪਰ ਚਿੱਤ ਕਰੜਾ ਕਰਕੇ ਪਿੱਠ ਪੁਆ ਲਈ ਜਿਵੇਂ ਡਰ ਦਾ ਡਰਦਾ ਤੁਰ ਚੱਲਿਆ ਹੋਵੇ ਜੀ ਹੁਣ ਰੋਟੀ ਪੱਕਦੀ ਐ ਖਾ ਕੇ ਜਾਇਓ ਦਾਨੀ ਨੇ ਮਗਰੋਂ ਆਵਾਜ਼ ਮਾਰ ਲਈ ਸਾਰਾ ਸਰੀਰ ਜਿਵੇਂ ਕੰਬ ਗਿਆ ਤੇ ਸਾਹ ਸਾਤੀ ਮੁੱਕ ਗਿਆ ਅਗਲਾ ਪੈਰ ਚੁੱਕਿਆ ਹੀ ਨਹੀਂ ਗਿਆ ਪਿਛਾਂ ਵੀ ਨਹੀਂ ਝਾਕਿਆ ਗਿਆ ਨਾ ਹੀ ਵਾਪਸ ਮੁੜਿਆ ਗਿਆ ਬਸ ਭਾਈ ਜਿਉਂਦੇ ਰਹੋ ਪਕਾਈ ਬੈਠਾ ਹੋਣਾ ਕਾਕਾ ਜਿਹੋ ਜਿਹਾਂ ਪੱਕੀਆਂ ਹੋਣੀਆਂ ਵਿਚਾਰੇ ਤੋਂ ਕਹਿ ਕੇ ਉਹ ਅਗਲੇ ਪਾਲੀ ਵਾਹੋ-ਵਾਹੀ ਬਾਹਰ ਨਿਕਲ ਗਿਆ ਮੋਦਨ ਨੇ ਬੂਹੇ ਕੋਲ ਜਾ ਕੇ ਵੀ ਉਹਨੂੰ ਮੋੜਨ ਦਾ ਯਤਨ ਕੀਤਾ ਪਰ ਰੁਲਦੂ ਨੇ ਅਜਹੀ ਜਿੱਦ ਫੜੀ ਕਿ ਗੱਲ ਹੀ ਨਹੀਂ ਸੁਣੀ ਮੋਦਨ ਤੋਂ ਬਾਹ ਚੁੜਾ ਕੇ ਉਹ ਬਾਹਰ ਆ ਗਿਆ ਉਹਦੇ ਸਾਰੀ ਰਾਤ ਸਖਣੀ ਸਬਾਤ ਵਿੱਚੋਂ ਕਦੇ ਗੋਡੇ ਇਕੱਠੇ ਕਰਦਾ ਕਦੇ ਲੱਤਾਂ ਨਾਲ ਸਾਲ ਦਾ ਲੇਫ ਦੇ ਟੁੱਟੇ ਲੋਗੜ ਨੂੰ ਹੋਰ ਛਰਾਂਦਾ ਕਰਦਾ ਉਨਿੰਦਾ ਪਿਆ ਰਿਹਾ ਅੱਧੀ ਰਾਤ ਤੋਂ ਪਹਿਲਾਂ ਪਹਿਲ ਤਿੰਨ ਵਾਰੀ ਉਹਨੂੰ ਭਲੇਖਾ ਪਿਆ ਜਿਵੇਂ ਕਿਸੇ ਨੇ ਵੱਡੇ ਬਾੜ ਦਾ ਕੁੰਡਾ ਖੜਕਾਇਆ ਹੋਵੇ ਬਿਨਾਂ ਉੱਤੇ ਕੋਈ ਕੱਪੜਾ ਲਿਆ ਨੰਗਾ ਤੜੰਗਾ ਬੂਹੇ ਕੋਲ ਆ ਕੇ ਕਿਹੜਾ ਕਿਹੜਾ ਕਰਕੇ ਗਾਲਾਂ ਕੱਢਦਾ ਵਾਪਸ ਮੁੜ ਜਾਂਦਾ ਕਿੰਨੀ ਵਾਰੀ ਮਨ ਐਵੇਂ ਹੀ ਹੂ ਪਰ ਆਉਂਦਾ ਕਿ ਜ਼ੋਰ ਲਾਉਣ ਤੇ ਵੀ ਅੱਖਾਂ ਚੋਂ ਪਾਣੀ ਦੀਆਂ ਧਾਰਾਂ ਵਗਣ ਲੱਗ ਪੈਂਦੀਆਂ ਪਰ ਕੁੱਕੜ ਦੀ ਬਾੰਗ ਨਾਲ ਕ੍ਰੋਧ ਜਾਗ ਪਿਆ ਕੋਲ ਪਏ ਮੁੰਡੇ ਦਾ ਖਿਆਲ ਕੀਤਾ ਤਾਂ ਬਿਨਾਂ ਉੱਠੇ ਉਹ ਉੱਠ ਕੇ ਬਹਿ ਗਿਆ ਤੇ ਰਜਾਈ ਦੀ ਬੁੱਕਲ ਮਾਰ ਕੇ ਇਕੱਠਾ ਜਿਆ ਹੋਇਆ ਰਤਾ ਪੜਕੀ ਆਵਾਜ਼ ਚ ਬਕੜਵਾ ਕਰਨ ਲੱਗਾ ਹਿੱਟੇ ਮੋਂ ਤੇਰੇ ਦੁਰਫਿੱਟੇ ਮੋਂ ਤੇਰੇ ਦੁਰਫਿੱਟੇ ਮੋਂ ਮੇਰੇ ਹਾਂ ਸਾਲਿਆ ਹੁਣ ਐਸੀ ਅਵਸਥਾ ਚ ਗੰਦ ਖਾਣ ਲੱਗਿਆ ਤੈਨੂੰ ਸ਼ਰਮ ਨਹੀਂ ਆਉਂਦੀ ਜੇ ਐਡੀ ਬੇਇਮਾਨੀ ਸੀ ਤਾਂ ਤੈਨੂੰ ਕਿਹੜੇ ਕੰਜਰ ਨੇ ਆਖਿਆ ਸੀ ਬਈ ਤੂੰ 2000 ਉਹਦੀ ਖਾਤਰ ਲਾ ਆਪ ਲਿਆਉਂਦਾ ਹਾਂ ਲੈ ਆਉਂਦਾ ਫਿਰ ਕਿਸੇ ਸਾਲੇ ਨੇ ਹਟਾਇਆ ਸੀ ਉਦੋਂ ਕੋਈ ਮਹਿਣਾ ਸੀ ਸਾਰੀ ਦੁਨੀਆ ਹੀ ਘਰੋਂਦੀ ਫਿਰਦੀ ਆ ਤੇਰੇ ਕਿਹੜਾ ਕਿਸੇ ਨੇ ਹੱਥ ਫੜੇ ਸੀ ਦੇਖ 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 ਨਾਲੇ ਸਾਲਾ ਜਲਕੁਰ ਦੇ ਸਿਵੇ ਨੂੰ ਜਾ ਫਰੋਲਦਾ ਆਹੋ ਫੇਰ ਇਹੀ ਜੀ ਚਿੱਤ ਚ ਬੜੀ ਬੈਠੀ ਐ ਤੂੰ ਆਪ ਦੀ ਕੁਛ ਲਗਦੀ ਨੂੰ ਕਿਵੇਂ ਕੱਢੇਗਾ ਬਸ ਫਿਰ ਹੁਣ ਐਵੇਂ ਐ ਲਸੋਣੀਆਂ ਕਿਉਂ ਲੈਣਾ ਕਿਉਂ ਆਪਦਾ ਆਪਾ ਛੱਡੀ ਜਾਣਾ ਕੁਛ ਗਿਆਨ ਕਰ ਸਿਆਣਾ ਬਣ ਬੰਦਾ ਬਣ ਹਾਂ ਹਾਂ ਬੰਦਾ ਬਣ ਬੰਦਾ ਰੁੱਲਦੂ ਨੇ ਅੱਖਾਂ ਪੂੰਝੀਆਂ ਤੇ ਰਜਾਈ 'ਚ ਲੱਤਾਂ ਪਸਾਰਦਿਆਂ ਸਿੱਧਣ ਸਿੱਧਾ ਹੋ ਕੇ ਪੈ ਗਿਆ ਚਿੱਤ ਟਿਕਾਣੇ ਆ ਗਿਆ ਲੱਗਦਾ ਸੀ ਕਿੰਨਾ ਹੀ ਚਿਰ ਜਿਵੇਂ ਫੇਰ ਉਹ ਆਪਣੇ ਆਪ ਨੂੰ ਹੱਲਾਸ਼ੇਰੀਆਂ ਤੇ ਦਲਾਸੇ ਦਿੰਦਾ ਰਿਹਾ ਬੁੜਬੁੜ ਕਰੀ ਗਿਆ ਫਿਰ ਸਾਰੀ ਰਾਤ ਕੁੱਕੀ ਚੜਨ ਲੱਗ ਪਈ ਕੀ ਹੈ ਬਾਪੂ ਉਦੇਸ਼ ਭਰਣਾਟ ਨਾਲ ਮੁੰਡੇ ਨੇ ਉਬੜਵਾਇਆ ਹੀ ਜਾ ਕੇ ਪੁੱਛਿਆ ਕੁਛ ਨਹੀਂ ਪੁੱਤ ਕੁਛ ਨਹੀਂ ਕੁੱਕੀ ਚ ਉਸ ਚੇਜ਼ ਹੁੰਦੇ ਆ ਉਹ ਕਰਾਰ ਹੋ ਕੇ ਬੋਲਿਆ ਮੈਂ ਤਾਂ ਐਵੇਂ ਕੁਛ ਨਹੀਂ ਕੁਛ ਨਹੀਂ ਸੋਇਆ ਤੂੰ ਸੋ ਜਾ ਦਿਨ ੜ ਗਿਆ ਰੁਲਦੂ ਦੀ ਆਵਾਜ਼ ਦੇ ਮੋਹ ਨੇ ਜਿਵੇਂ ਮੁੰਡੇ ਦੇ ਨਾਲ ਉਹਦਾ ਆਪਣਾ ਚਿੱਤ ਵੀ ਚੰਗੀ ਤਰ੍ਹਾਂ ਟਿਕਾ ਦਿੱਤਾ ਸੀ ਹੋਰ ਕੁਝ ਚਿਰ ਮਗਰੋਂ ਉਹਨੂੰ ਵੀ ਨੀਂਦ ਆ ਗਈ ਇਸ ਵੀਡੀਓ ਚੈਨਈ ਮਿਲਦੇ ਆ ਅਗਲੇ ਭਾਗ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਟਿਲ ਦੈਨ ਟੇਕ ਕੇਅਰ